जी आया तुसीं अपने विचार जिहड़े ने उह विद्यार्थियों नाल शेयर करो। असीं नाल दी नाल ही जुड़े हुए हैं, जिथे भी आपां नूं लगदा तुहाडे नाल ही जुड़े हुए हैं। इस दे विच लास्ट ते असीं 5-7 मिनट कोई इंटरैक्शन सैशन रख देना, जे विद्यार्थियों नूं कोई लगदी गल पुछण वाली स्कूलां नाल कॉलेजां नाल जां जिहड़े भी विशे ते तुसीं विचार चर्चा करोगे तां। जी 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 ओके थैंक यू वेलकम सर जी। हां जी जी रिस्पेक्टेड साडे प्रिंसिपल प्रगट सिंह जी, सपाल सिंह जी, होर फैकल्टी मेंबर ते प्यारे बच्चे, मैं तो बच्चों ना जुड़िया करके बच्चे ही कहूँ, हालांकि तुसी हम साडे कलीग हो। सब तो पहले तो सारयां नूं वेलकम। तुसी एक एजुकेशन प्रोफेशन दे विच एंट्री ली है जिदे विच आपां एक जिथे एक अपनी जिहड़ा इनकम ਜਾਂ ਆਪਾਂ ਉਹਦਾ ਸੋਰਸਿਸ ਪੈਦਾ ਕਰਨੇ ਆ, ਉੱਥੇ ਇੱਕ ਬੱਚਿਆਂ ਨਾਲ ਉਹਨਾਂ ਦੇ ਭਵਿੱਖ ਨਾਲ ਵੀ ਜੁੜਨਾ। ਥੋੜ੍ਹਾ ਜਿਹਾ ਮੈਂ ਆਪਦੇ ਬਾਰੇ ਦੱਸਦਾ, ਮੈਂ ਇੱਕ ਪੇਂਡੂ ਬੈਕਗਰਾਊਂਡ ਦਾ ਹੀ ਹਾਂ ਜੀ। ਮੇਰਾ ਪਿੰਡ ਰੈਕੋਟ ਕੋਲੇ ਆ, ਛੋਟਾ ਜਿਹਾ ਪਿੰਡ ਆ ਗੋਂਦਵਾਲ, ਅਤੇ BSc ਮੈਂ ਸਾਇੰਸ ਕਾਲਜ ਜਗਰਾਓਂ 1986 ਦੇ ਵਿੱਚ, 1987 ਦੇ ਵਿੱਚ BSc, 1989 ਦੇ ਵਿੱਚ MSc, ਔਰ 1991 ਦੇ ਵਿੱਚ ਐਜ਼ ਏ ਮੈਥ ਲੈਕਚਰਰ ਮੈਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਕਮਾਲਪੁਰੇ ਜੁਆਇਨ ਕੀਤਾ। ਉਦੋਂ ਬਾਅਦ ਜ਼ਿਆਦਾ ਟਾਈਮ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਭੈਣੀ ਬੜਿੰਗਾ ਕੰਮ ਕੀਤਾ, ਫਿਰ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਦੱਦਾ ਹੋਰ ਕੰਮ ਕੀਤਾ। 2013 ਤੋਂ ਲੈ ਕੇ 2016 ਤੱਕ ਮੈਂ ਐਜ਼ ਏ ਡਿਪਟੀ ਡਾਇਰੈਕਟਰ ਸਪੋਰਟਸ ਕੰਮ ਕੀਤਾ ਲਗਭਗ ਉਦੋਂ ਤੋਂ ਹੀ। ਫਿਰ 2017 ਤੋਂ ਮੈਂ ਇੱਥੇ ਬਰਨਾਲੇ, ਫਿਰ ਮੋਗੇ, ਫਿਰ ਹੁਣ ਬਰਨਾਲੇ ਐਜ ਏ ਜ਼ਿਲ੍ਹਾ ਸਿੱਖਿਆ ਅਫਸਰ ਕੰਮ ਕਰ ਰਿਹਾ। ਕੁਝ ਕੁ ਗੱਲਾਂ ਮੈਂ ਤੁਹਾਡੇ ਨਾਲ ਜ਼ਰੂਰ, ਆਪਦੀ ਜਦੋਂ ਮੈਂ ਆਪਦਾ ਕੈਰੀਅਰ ਸਟਾਰਟ ਕੀਤਾ ਉਦੋਂ ਅਤੇ ਹੁਣ ਦਾ ਜਿਹੜਾ ਡਿਫਰੈਂਸ ਆ, ਇੱਕ ਤਾਂ ਮੈਂ ਉਹ ਦੱਸੂੰਗਾ, ਇੱਕ ਥੋੜ੍ਹਾ ਜਿਹਾ ਮੈਂ ਜਿਹੜੀ ਪ੍ਰੈਕਟੀਕਲ ਆਪਾਂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹੈ ਉਹਦਾ, ਅਤੇ ਜੋ ਤੁਸੀਂ ਬੁੱਕਸ ਦੇ ਵਿੱਚ ਪੜ੍ਹਦੇ ਹੋ ਉਹਦੇ ਵਿੱਚ ਕੀ ਡਿਫਰੈਂਸ ਆ ਉਹ ਜ਼ਰੂਰ ਦੱਸੂੰਗਾ। ਜਿਹੜਾ ਮੇਰੇ ਯਾਦ ਆ ਵੀ ਮੈਂ 1397 ਨੂੰ ਕਮਾਲਪੁਰੇ ਵਿੱਚ ਜੁਆਇਨ ਕੀਤਾ ਸੀ। 24 ਸਾਲ ਦਾ ਮੇਰੇ ਖਿਆਲ ਮੈਂ ਸਭ ਤੋਂ ਛੋਟਾ ਸੀਗਾ, ਅਤੇ ਮੇਰੀ ਜਿਹੜੀ ਚਲੋ ਇਹ ਮੇਰੇ ਟੀਚਰ ਹੀ ਬੈਠੇ ਨੇ ਹੁਣ ਤਾਂ, ਮੈਂ ਚਾਹੇ ਉਦੋਂ ਬਾਜਵਾ ਸਾਹਿਬ ਸੀਗੇ ਜਾਂ ਸਰਦਾਰ ਹਰਨੇਕ ਸਿੰਘ ਜੀ, ਕੈਲੇ ਸਾਹਿਬ ਸੀ, ਹੋਰ ਡਾਕਟਰ SS ਸੰਘਾ, ਉਹ ਮੇਰੇ ਅਸੀਂ ਇਕੱਠੇ ਪੜ੍ਹੇ ਹਾਂ, ਉਹ ਇੱਥੇ ਐਜ਼ ਏ ਕੰਮ ਵੀ ਕੀਤਾ ਉਹਨਾਂ ਨੇ, ਡਾਕਟਰ ਤ੍ਰਿਲੋਕ ਬੰਧੂ, ਡਾਕਟਰ ਕਿਸ਼ਵਿੰਦਰ ਕੁਮਾਰ, ਅਸੀਂ ਸਾਰੇ ਕਲੀਗ ਰਹੇ ਹਾਂ। ਉਹਨਾਂ ਦੇ ਐਕਸਪੀਰੀਅੰਸ ਦੇ ਵਿੱਚ ਜੋ ਸਿੱਖਿਆ ਉਹ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰੂੰ। ਜਦੋਂ ਮੈਂ ਕਮਾਲਪੁਰੇ ਜੁਆਇਨ ਕੀਤਾ ਉਦੋਂ ਇਹ ਗੱਲ ਹੁੰਦੀ ਸੀਗੀ ਵੀ ਜਿਹੜੇ ਪੁਰਾਣੇ ਟੀਚਰ ਸੀ ਉਹ ਇਹ ਸੋਚਦੇ ਹੁੰਦੇ ਸੀਗੇ ਵੀ ਜਿਹੜੇ ਨਵੇਂ ਆਉਂਦੇ ਨੇਗੇ ਇਹ ਥੋੜ੍ਹਾ ਕੁ ਚਿਰ ਤਾਂ ਇਹ ਮਤਲਬ ਮੈਂ ਠੇਠ ਪੰਜਾਬੀ 'ਚ ਕਹੂੰਗਾ ਵੀ ਫਰਜੇ ਮਾਰਨਗੇ, ਅਤੇ ਉਦੋਂ ਬਾਅਦ ਹੌਲੀ ਹੌਲੀ ਸਾਡੇ ਅਰਗੇ ਹੋ ਜਾਣਗੇ। ਪਰ ਨਹੀਂ, ਇਹ ਗੱਲ ਨਹੀਂ ਹੁੰਦੀ। ਪਲੀਜ਼ ਆਪਣਾ ਜਿਹੜਾ ਇੱਕ ਜੇ ਆਪਾਂ ਇੱਕ ਗੁਰਦੁਆਰੇ ਦੇ ਵਿੱਚ ਗਿਆਨੀ ਦੀ ਗੱਲ ਕਰ ਲਈਏ ਉਦੋਂ ਵੀ ਕਿਤੇ ਜਿਹੜੀ ਜ਼ਿੰਮੇਵਾਰੀ ਵਾਲਾ ਕੰਮ ਹੁੰਦਾ, ਕਿਉਂਕਿ ਜਿਹੜੇ ਬੱਚੇ ਆਪਣੇ ਕੋਲ ਆਉਂਦੇ ਨੇਗੇ ਉਹ ਬਹੁਤ ਲੋੜਵੰਦ ਪਰਿਵਾਰਾਂ ਦੇ ਜਿਹੜੇ ਸਾਡੇ ਗਵਰਨਮੈਂਟ ਸਕੂਲਾਂ 'ਚ ਬੱਚੇ ਆਉਂਦੇ ਆ ਉਹਨਾਂ ਨੂੰ ਆਪਾਂ ਐਂ ਨਹੀਂ ਹੁੰਦਾ ਵੀ ਜਿਹੜੀ ਬੁੱਕ ਦੇਖ ਕੇ ਪੜ੍ਹਾ ਦੇਣਾ, ਉਹਨਾਂ ਦੀ ਆਪਾਂ ਨੂੰ ਬੈਕਗਰਾਊਂਡ ਵਿੱਚ ਵੀ ਜਾਣਾ ਪੈਂਦਾ ਵੀ ਬੱਚੇ ਕਿਹੋ ਜਿਹੇ ਪਰਿਵਾਰਾਂ 'ਚੋਂ ਆਉਂਦੇ ਆ, ਕੀ ਇਹਨਾਂ ਨੇ ਸਵੇਰੇ ਜਿਹੜਾ ਬ੍ਰੇਕਫਾਸਟ ਕਰਕੇ ਆਏ ਕਿ ਵਿਚਾਰੇ ਉੱਠ ਕੇ ਹੀ ਆ ਗਏ, ਕੀ ਇਹਨਾਂ ਦੇ ਘਰੇ ਰਾਤ ਕਿਵੇਂ ਜਿਹੜੀ ਉਹ ਇਹਨਾਂ ਦੇ ਪਰਿਵਾਰ ਦੇ ਵਿੱਚ ਵਿਚਰੀ ਹੈ, ਕੀ ਹੋਇਆ, ਕੀ ਘਟਨਾ ਵਿਚਰੀ ਹੈ, ਤਾਂ ਜਾ ਕੇ ਕਿਤੇ ਆਪਾਂ ਉਹ ਬੱਚਿਆਂ ਨੂੰ ਜਿਹੜਾ ਇਨਸਾਫ ਆ ਉਹ ਦਵਾ ਸਕੇ ਹੈ। ਪਰ ਜਦੋਂ ਹੁਣ ਤੁਸੀਂ ਸਕੂਲਾਂ ਦੇ ਵਿੱਚ ਆਓਗੇ ਹੁਣ ਤੇ ਉਦੋਂ ਦਾ 91 ਤੇ 2021 ਦਾ ਜਿਹੜਾ ਡਿਫਰੈਂਸ ਆ ਬਹੁਤ ਜ਼ਿਆਦਾ। ਹੁਣ ਸਾਡੇ ਸਕੂਲ ਇੰਨੇ ਜ਼ਿਆਦਾ ਵਧੀਆ ਬਣ ਗਏ ਨੇ, ਇੰਨੇ ਜ਼ਿਆਦਾ ਸਾਡੇ ਜਿਹੜੇ ਅਧਿਆਪਕ ਨੇਗੇ, ਖਾਸ ਕਰ ਜਿਹੜੇ ਨਵੇਂ ਟੀਚਰ ਸਾਡੇ ਕੋਲ ਆਏ ਨੇਗੇ ਉਹ ਇੰਨੀ ਜ਼ਿਆਦਾ ਮਿਹਨਤ ਕਰ ਰਹੇ ਨੇਗੇ, ਉਹਨਾਂ ਦਾ ਕੋਈ ਬਦਲ ਨਹੀਂ ਗਾ। ਜਦੋਂ ਤੁਸੀਂ ਆਓਗੇ ਤੁਹਾਨੂੰ ਸਕੂਲਾਂ ਦੇ ਵਿੱਚ ਇੰਨੇ ਸੋਹਣੇ ਵਾਸ਼ਰੂਮ, ਇੰਨੇ ਵਧੀਆ ਲੈਬਸ, ਤੁਸੀਂ ਹੈਰਾਨ ਮੰਨੋਗੇ ਮੈਂ ਬਰਨਾਲੇ 'ਚ ਬੈਠਾ ਅੱਜ ਵੀ ਜੇ ਕੋਈ ਸਾਹਿਬ ਤੋਂ ਕੋਈ ਸਕੂਲ ਗ੍ਰਾਂਟ ਮੰਗਦਾ ਤਾਂ ਉਹਨੂੰ ਅਸੀਂ ਵਿਦ ਇਨ 15 ਡੇਜ਼ ਦੇ ਵਿੱਚ, ਚਾਹੇ ਉਹ ਕਮਰੇ ਦੀ ਆ, ਚਾਹੇ ਕੋਈ ਮੇਨਟੇਨੈਂਸ ਦੀ ਗ੍ਰਾਂਟ ਆ, ਉਹ ਸਾਨੂੰ ਸਰਕਾਰ ਵੱਲੋਂ ਜਿਹੜੀ ਆ ਜਾਂ ਸਾਡੇ ਹੈੱਡ ਆਫਿਸ ਵੱਲੋਂ ਪ੍ਰਾਪਤ ਹੋ ਜਾਂਦੀ ਹੈ। ਇਹ ਉਦੋਂ ਦਾ ਅਤੇ ਹੁਣ ਦਾ ਜਿਹੜਾ ਸਕੂਲਾਂ ਦਾ ਜਿਹੜਾ ਬਹੁਤ ਜ਼ਿਆਦਾ ਜਿਹੜਾ ਫਰਕ ਪਿਆ। ਜਦੋਂ ਤੁਸੀਂ ਅਸੀਂ ਤਾਂ ਕਹੋਗੇ ਸਾਰੇ ਹੀ ਚਾਹਾਂਗੇ ਵੀ ਤੁਸੀਂ ਇਹਨਾਂ ਸਕੂਲਾਂ ਦੇ ਵਿੱਚ ਆ ਕੇ ਜੋਬ ਕਰੋ, ਚਾਹੇ ਹੁਣ ਤੁਸੀਂ ਐਜ਼ ਏ ਟੀਚਿੰਗ ਪ੍ਰੈਕਟਿਸ ਵੀ ਜਾਣਾ, ਉਦੋਂ ਵੀ ਤੁਸੀਂ ਦੇਖਦੇ ਹੋਵੋਗੇ
पर जिहड़ा काम आ उह जिहड़ा साडे स्कूलां दा बोलदा उहदे विच कोई दो राय नहीं गईआं। असीं वी आपदे आप नूं चंगा महसूस करदे आ। चाहे जिहड़े उदों जदों असीं जॉइन कीता सी उदों वी डायरैक्ट जिहड़ियां अपार्टमेंट होईआं सीगीआं, डायरैक्ट असीं 276 लैक्चरर रखे सीगे, उहनां दे विचों असीं आए सीगे। उदों जिहड़े साडे जिहड़े पुराने टीचर सीगे उहनां दा नज़रिया ते हुण जिहड़े उहनां दा बहुत ज़्यादा फर्क आ। बच्चिआं दा वी जिहड़ा हैगा उहनां दे विच वी जिहड़ी जागृति आ जां बच्चिआं दा जिहड़ा एटीट्यूड आ उह वी बहुत जिहड़ा चेंज होया। प्लीज़ थोड़ी जी मैं हुण गल करूँगा वी जदों तुसीं क्लास दे विच जांदे हो, हुण एक टीचर दा क्लास दे विच गिआ, उहने आपदा लैक्चर दित्ता, लैक्चर दे के आ गया। कुछ टीचर ये जाते हैंगे, मान लें भी एक क्लास के 28 स्टूडेंट ने गे, 7 बच्चे मूरले डैक्स से बैठे ने, मूरली रोज 7 मगरली चार च बैठे ने, एक टीचर जाता जो मूहे 7 बैठे ने उन्होंने पढ़ा के आ जाता, उन्होंने मगरले जे 21 ने उन्होंने कोई लेना देना नहीं। जिहड़ा वधिया अध्यापक वह आ जिहड़ा मगरली रोज तो स्टार्ट करूगा, जिहड़ा ये देखू भी जिहड़े मेरे मगर बच्चे बैठे ने गे इन्होंने की किया, इन्होंने कल वाला होमवर्क किया, इन्हों की स्ट्रैटेजी है, की इन्हों को इन्हों के साधन ने, और जो क्लास के जाऊगा चाहे वह एज ए सबजैक्ट टीचर जाए चाहे एज ए क्लास इंचार्ज जाए तो वह जाके पहला देखूगा भी मैं जी क्लास है यू मैं चार कैटागरी के बढ़ा। पहली कैटागरी तो यह कैटागरी है भी जोड़े मेरे बच्चे बहुत वधिया ने जिन्हों का लैवल आ जिन्होंने मतलब जी गल मैं कह वह समझ ही लैनी है। जिहड़ी दूजी कैटागरी है वह थोड़ी जी उदों आपां डाउन लै लेंगे, तीजी कैटागरी होर आपां 50-60% लै लेंगे, जिहड़ी फोर्थ कैटागरी है जिहड़ी बेचारी बिल्कुल डाउन आ उहनां दे घरेलू हालत भी माड़े हो सकते हैं, उहनां दी कोई स्कूलिंग भी वधिया नहीं हो सकदा होई होवे, जदों तुहाडे कोले उह 6वीं दे विच आए हो सकदा तुहानूं उहनां तों ऊड़े तों स्टार्ट करना पवे जां एक दूए तों स्टार्ट करना पवे। जदों तुसीं उहनां 28 दे 28 बच्चिआं दा तुसीं ख्याल रखोगे तो एक वधिया टीचर बन सकते। और वो टीच जिहड़े बच्चे मगरले ने गे उन्हां नूं तुहानूं 5 मिनट डेली 5-10 मिनट एक्सट्रा टाइम उन्हां नूं जरूर देना पवेगा, क्योंकि उन्हां कोले जाओगे तुसीं उन्हां दे पुछोगे आ बेटे किवें आ, घरे ठीक सीगा, हाँ होर कोई प्रॉब्लम तो नहीं। हौली हौली बच्चा तुहानूं प्रॉब्लम दसण लगू, फिर तुसीं उहदे नाल बच्चे नाल मिक्स अप होवोगे, फिर उहनूं हौली हौली उह प्रॉब्लम दे विचों बच्चे नूं कढ के जिवें आपां एक पनीरी बीजते हुंदे आ ना झोने दी, वह पहला पनीरी बीजते फिर पट के उन्हों आपां कद्दू करके लाने फिर कित आके फ्रूट बनता। इस तरह ही साडा एक अध्यापक जदों वह बच्चे कोले जाऊगा वह बच्चे ना हौली 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 वह नाल उहदे जुड़ के उहदे नाल दा बनूगा, फिर वह बच्चा आपदी प्रॉब्लम दसूगा, फिर उहदा टीचर जिहड़ा उहदा हल दसूगा, फिर वह हौली हौली जरूर जिहड़ा अगे नूं जाऊगा। एक मैं तुहानूं इत्थे जिहड़ी बरनाले की घटना दसदा, पिछले जदों सैशन स्टार्ट दे सॉरी जदों लॉकडाउन खुल्लिया असीं बच्चों नूं मोबाइल फोन दिते सीगे, सारे बच्चों जिहड़े प्लस टू सीगे उन्हां नूं असीं साडा डीसी कंपलैक्स दे विच एक मीटिंग हाल हुंदा उह मीटिंग हाल दे विच असीं 50-60 बच्चे सादे सीगे उन्हां नूं मोबाइल डिस्ट्रीब्यूट करदे सी। साडे डीसी साहब साडे इत्थे बरनाले 3 IAS अफसर मानयोग ADC सर DC ते जिहड़े SDM बरनाला ने वह भी IAS ने, तो तिना दे विचों एक जना जरूर उत्थे बहिंदा हुंदा सी, और असीं कल्ले कल्ले बच्चे तो यह पुछदे हुंदे सीगे वी तेरा की एम आ, तैं की जदों तैं स्कूलिंग तों बाहर निकलना तां की बनना। उहदे विच दो गल्लां बड़ियां निकल के आईआं सामने, एक तां बच्चिआं ने यह कहा वी असीं जनरली गल जी असीं वड्डे हो के जां असीं उस तों बाद फौज च भर्ती होणा, ज़्यादातर बच्चों का यह सीगा। तो असी उत्थे की देखिया भी असी एक डेली शड्यूल बनाती वो उन्होंने बच्चों जोड़े बच्चे से उन्होंने डेली तो फिर वीकली पा देंगे से भी मंडे नूं तुसी सवेरे उठना, क्योंकि मैं माड़ा जिहा दसदा भी जोड़े बच्चे ने आर्मी ज एयर फोर्स के जाना उन्होंने पहला एक फिजिकल टैसट क्लीयर करना पैंदा, वो फिजिकल टैसट की आ भी 1600 मीटर रेस आ जंप आ पुश अप आ वह उन्हें लाने होंगे। तो असी वह बच्चों वो खातर असी एक 3 महीने का एक कोर्स बच्चों बना के असी वीकली भेजन लगे,
ਤੁਸੀਂ ਹੈਰਾਨ ਮੰਨੋਗੇ ਸਾਡੇ ਗਵਰਨਮੈਂਟ ਸਕੂਲਾਂ ਦੇ 32 ਬੱਚਿਆਂ ਨੇ ਉਹ ਫਿਜ਼ੀਕਲ ਟੈਸਟ ਕਲੀਅਰ ਕਰ ਲਿਆ। ਦੇਖੋ ਜੇ ਅਸੀਂ ਉਹ ਬੱਚਿਆਂ ਦੀ ਦੇਖੀ ਉਹਦੇ ਨਾਲ ਪ੍ਰੋਬਲਮ ਦੇ ਵਿੱਚ ਉਹਨਾਂ ਨਾਲ ਸਾਥ ਦਿੱਤਾ, ਉਹ 32 ਬੱਚਿਆਂ ਨੂੰ ਰੁਜ਼ਗਾਰ ਮਿਲ ਗਏ। ਇਸੇ ਤਰ੍ਹਾਂ ਦੀ ਇੱਕ ਗੱਲ ਹੋਰ ਸਾਹਮਣੇ ਆਈ, ਇੱਕ ਸਾਡੇ ਭਦੌੜ ਸਕੂਲ ਆ ਗਵਰਨਮੈਂਟ ਗਰਲ ਸੀਨੀਅਰ ਸੈਕੰਡਰੀ ਸਕੂਲ ਭਦੌੜ, ਉੱਥੇ ਦੀਆਂ 7 ਬੱਚੀਆਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਸਰ ਜਿਹੜਾ ਪਲੱਸ ਟੂ ਤੋਂ ਬਾਅਦ ਜਿਹੜਾ ਆਪਦਾ ਪ੍ਰੋਫੈਸ਼ਨ ਆ ਉਹ ਪੇਂਟਿੰਗ ਚੁਣਾਂਗੇ, ਅਸੀਂ ਪੇਂਟਿੰਗ ਕਰਿਆ ਕਰਾਂਗੇ, ਚਾਹੇ ਉਹ ਸਾਡੇ ਕੋਈ ਲੇਡੀਜ਼ ਸੂਟ ਆ ਉਹਤੇ ਪੇਂਟਿੰਗ ਕਰ ਲਏ। ਤਾਂ ਉੱਥੋਂ ਸਾਨੂੰ ਕੀ ਨਿਕਲ ਕੇ ਆਇਆ ਵੀ ਉਹਦੇ ਬਾਰੇ ਕਿਹਨੇ ਦੱਸਿਆ? ਉੱਥੇ ਦੇ ਡਰੈਂਗ ਟੀਚਰ ਨੇ, ਜਿਹੜਾ ਡਰੈਂਗ ਟੀਚਰ ਸੀ ਉੱਥੇ ਦਾ ਇੰਨਾ ਕਾਬਲ ਸੀਗਾ, ਉਹ ਇੰਨਾ ਬੱਚਿਆਂ ਨੂੰ ਸਮਝਾਉਂਦਾ ਸੀ, ਉਹਨੇ ਡਰੈਂਗ ਦੇ ਵਿੱਚ ਹੀ ਬੱਚਿਆਂ ਦਾ ਜਿਹੜਾ ਕੈਰੀਅਰ ਆ ਉਹ ਬਣਾ ਤਾ। ਤਾਂ ਉਹ ਟੀਚਰ ਨੂੰ ਅਸੀਂ ਸੱਦ ਕੇ ਸਨਮਾਨਿਤ ਵੀ ਕੀਤਾ ਔਰ ਹੋਰ ਗੱਲਾਂ ਨੂੰ ਵੀ ਦੱਸਿਆ। ਮਤਲਬ ਇਸ ਤਰ੍ਹਾਂ ਦਾ ਜਿਹੜਾ ਅਧਿਆਪਕ ਆ ਉਹੀ ਸਕਸੈਸ ਹੋ ਸਕਦਾ। ਤੁਸੀਂ ਐਜ਼ ਏ ਸਬਜੈਕਟ ਟੀਚਰ 6ਵੀਂ ਜਮਾਤ ਦਾ ਤੁਸੀਂ ਮੈਥ ਜਾਂ ਸਾਇੰਸ ਲਿਆ, ਉਹਨੂੰ ਤੁਸੀਂ 10th ਤੱਕ ਲੈ ਕੇ ਜਾਣਾ, ਉਹਦੇ ਵਿੱਚ ਉਤਰਾਅ ਚੜਾਅ ਆਉਂਦੇ ਰਹਿਣਗੇ। ਉਹ ਜਿਹੜੀ ਕੋਈ ਬੱਚਾ ਥੋੜ੍ਹਾ ਜਿਹਾ ਨੰਬਰਾਂ 'ਚ ਘੱਟ ਗਿਆ, ਕੋਈ ਵੱਧ ਗਿਆ, ਉਹ ਆਉਂਦੇ ਜਾਂਦੇ ਰਹਿਣਗੇ। ਪਰ ਜਿਹੜਾ ਉਹਨੂੰ ਤੁਸੀਂ ਉਹਦਾ ਬੱਚੇ ਦਾ ਐਟੀਟਿਊਡ ਬਣਾਤਾ ਜਾਂ ਉਹਦੇ ਵਿੱਚ ਇੱਕ ਜਿਹੜੀ ਕੋਈ ਚੰਗੀ ਭਾਵਨਾ ਭਰਤੀ ਜਾਂ ਉਹਨੂੰ ਇਹ ਬਣਾਤਾ ਵੀ ਨਹੀਂ ਬੇਟੇ ਠੀਕ ਆ ਤੂੰ ਇੱਕ ਗਰੀਬ ਘਰੋਂ ਆਉਣਾ ਗਾ, ਠੀਕ ਆ, ਕਮ ਸੇ ਕਮ ਮਿਨੀਮਮ ਆਪਣੇ ਇਹੀ ਆ ਵੀ ਤੈਂ ਫੌਜ 'ਚ ਭਰਤੀ ਹੋਣਾ, ਉਹਦੀ ਖਾਤਰ ਤੈਨੂੰ ਸਵੇਰੇ 1 ਘੰਟਾ ਗਰਾਊਂਡ ਦੇ ਵਿੱਚ ਲਾਉਣਾ ਹੀ ਪਊਗਾ, ਤੈਨੂੰ ਇਹ ਕੰਮ ਕਰਨੇ ਪੈਣਗੇ। ਤਾਂ ਉਹ ਬੱਚਾ ਜਦੋਂ ਵੀ ਪਲੱਸ ਟੂ ਤੋਂ ਬਾਅਦ 10ਵੀਂ ਤੋਂ ਬਾਅਦ ਉਹ ਹੋਊਗਾ ਤਾਂ ਤੁਹਾਨੂੰ ਜ਼ਰੂਰ ਯਾਦ ਰੱਖੋ। ਅਗਲੀ ਗੱਲ, ਜਦੋਂ ਤੁਸੀਂ ਕਲਾਸ ਦੇ ਵਿੱਚ ਐਜ਼ ਏ ਕਲਾਸ ਇੰਚਾਰਜ ਜਾਓਗੇ, ਮੰਨ ਲਓ ਤੁਸੀਂ 6ਵੀਂ ਦੇ ਕਲਾਸ ਇੰਚਾਰਜ ਹੋ ਜਾਂ ਜੁਆਇਨ ਕੀਤਾ, ਤਾਂ ਤੁਸੀਂ ਆਪਾਂ ਉਹੀ 28 ਬੱਚਿਆਂ ਦੀ ਗੱਲ ਕਰ ਲੈਣਾ, ਸਭ ਤੋਂ ਪਹਿਲਾਂ ਤਾਂ ਤੁਸੀਂ ਬੱਚਿਆਂ ਨੂੰ ਦੇਖੋਗੇ ਵੀ ਬੱਚਿਆਂ ਨੂੰ ਅਸੀਂ ਕੰਪੀਟੀਸ਼ਨ ਦੇ ਵਿੱਚ ਕਿਵੇਂ ਰੱਖਣਾ। ਜਿਵੇਂ ਅਸੀਂ ਬਰਨਾਲੇ ਦੇ ਵਿੱਚ ਦੋ ਚੀਜ਼ਾਂ ਬੜੀਆਂ ਅਹਿਮੀਅਤ ਦੇ ਨਾਲ ਲੈਂਦੇ ਹਾਂ, ਚਾਹੇ ਉਹ ਬੱਚਿਆਂ ਦੀ ਫਿਟਨੈਸ ਆ ਚਾਹੇ ਸਾਡੀਆਂ ਲੜਕੀਆਂ ਦੀ ਹਾਈਟ ਆ, ਉਹਦੀ ਖਾਤਰ ਅਸੀਂ 2 ਐਕਸਰਸਾਈਜ਼ਾਂ ਕਰਾਉਂਦੇ ਹਾਂ। ਇੱਕ ਤਾਂ ਸਾਡਾ ਬੱਚਾ ਡੇਲੀ 5 ਤੋਂ 7 ਮਿੰਟ ਰੱਸੀ ਟੱਪਦਾ ਬੱਚਾ। ਹੁਣ ਤੁਸੀਂ ਇੱਕ ਤੁਹਾਡੇ ਕੋਲ 28 ਬੱਚੇ ਨੇ, ਤੁਸੀਂ ਉਹਨਾਂ ਦੇ 4 ਗਰੁੱਪ ਬਣਾ ਲਏ ਜਾਂ ਉਹਨਾਂ ਨੂੰ ਕਹਿ ਲਓ 4 ਹਾਊਸ ਬਣਾ ਲਏ ABCD, ਜਾਂ ਉਹਨਾਂ ਨੂੰ ਕੋਈ ਨਾਂ ਦੇ ਤੇ, ਉਹਨਾਂ ਦੇ ਵਿੱਚ ਅਸੀਂ ਤੁਸੀਂ 2-2 ਬੱਚਿਆਂ ਦਾ ਰੱਸੀ ਟੱਪਣ ਦਾ ਕੰਪੀਟੀਸ਼ਨ ਵੀਕਲੀ ਸਟਾਰਟ ਕਰਤਾ। ਹੁਣ ਰੱਸੀ ਟੱਪਣ ਨਾਲ ਕੀ ਹੋਊਗਾ? ਤੁਸੀਂ ਕਿਸੇ ਬੱਚੇ ਨੇ ਕਿਤੇ ਨਹੀਂ ਇਹ ਸੋਚਿਆ ਹੋਣਾ ਵੀ ਜਿਹੜਾ ਕਿਸੇ ਬੱਚੇ ਦਾ IQ ਆ ਉਹ ਕਿਵੇਂ ਵੱਧਦਾ। ਕੋਈ ਇਹੋ ਜਿਹੀ ਮੈਡੀਸਨ ਨਹੀਂ ਕਿ ਬੱਚੇ ਦੀ IQ ਡਿਵੈਲਪ ਹੋਵੇ, ਪਰ ਜੇ ਬੱਚਾ ਡੇਲੀ 2 ਮਹੀਨੇ ਲਗਾਤਾਰ ਰੱਸੀ ਟੱਪੇ ਤਾਂ ਉਹਦੀ ਬਾਡੀ ਕੋਆਰਡੀਨੇਸ਼ਨ, ਉਹਦੀ ਜਿਹੜੀ IQ ਆ ਉਹ ਜ਼ਰੂਰ ਵੱਧਦਾ। ਅਸੀਂ ਇਹ ਪ੍ਰੈਕਟੀਕਲ, ਐਜ਼ ਏ ਮੈਂ ਡਿਪਟੀ ਡਾਇਰੈਕਟਰ ਕੰਮ ਕੀਤਾ ਉਹਦੇ ਵਿੱਚ ਅਸੀਂ ਪ੍ਰੈਕਟੀਕਲੀ ਇਹ ਕਰਕੇ ਦੇਖਿਆ ਵੀ ਜਿਹੜੇ ਬੱਚੇ ਸਾਡੇ ਔਖੇ ਸਬਜੈਕਟਾਂ ਤੋਂ ਭੱਜਦੇ ਸੀ ਜਦੋਂ ਲਗਾਤਾਰ ਉਹ ਫਿਟਨੈਸ ਵੱਲ ਗਏ, ਫਿਜ਼ੀਕਲੀ ਫਿੱਟ ਹੋਏ, ਔਰ ਜਦੋਂ ਇੱਕ ਬੱਚਾ ਰੱਸੀ ਟੱਪਦਾ ਉਹਦੀ ਬਾਡੀ ਕੋਆਰਡੀਨੇਸ਼ਨ, ਉਹਦੀਆਂ ਅੱਖਾਂ, ਉਹਨੇ ਜੰਪ ਵੀ ਲੈਣਾ, ਰੱਸੀ ਘੁਮਾਉਣੀ ਵੀ ਆ, ਲੱਤਾਂ 'ਚ ਨਾ ਫਸ ਜੇ, ਔਰ ਉਹਦੇ ਨਾਲ ਜਿਹੜੀ ਉਹਦੀ ਬ੍ਰੇਨ ਦੀ ਜਿਹੜੀ ਐਕਸਰਸਾਈਜ਼ ਆ ਉਹ ਵੀ ਹੁੰਦੀ ਹੈ। ਉਹ ਤੁਸੀਂ ਨਿੱਕੇ ਨਿੱਕੇ ਇਹੋ ਜਿਹੇ ਕੰਮ ਕਰਨ ਲੱਗ ਗਏ। ਤੁਸੀਂ ਤੁਹਾਡੀਆਂ ਲੜਕੀਆਂ ਨੇਗੀਆਂ, ਤੁਸੀਂ ਕਲਾਸ ਦੇ ਵਿੱਚ ਗਏ ਹੋ ਜਾਂ ਗਈ ਹੋ ਤਾਂ ਬੱਚੇ ਸਾਡੇ ਲੜਕੀਆਂ ਬੇਟੀਆਂ ਸਾਡੀਆਂ ਨੀਵੀਂ ਪਾ ਕੇ ਚੱਲਦੇ, ਤੁਸੀਂ ਉਹਨਾਂ ਨੂੰ ਨੀਵੀਂ ਸਿੱਧਾ ਚੱਕਣ ਲਾ ਤਾ, ਤੁਸੀਂ ਉਹਦੀ ਬੱਚੀ ਦੀ 2 ਇੰਚ ਹਾਈਟ ਵਧਾਤੀ। ਜੇ ਤੁਸੀਂ ਉਹਨੂੰ ਗਰਦਨ ਚੱਕ ਕੇ ਤੁਰਨ ਸਿਖਾਤਾ ਬੱਚੀ ਨੂੰ, ਤੁਸੀਂ ਉਹਦੀ 3 ਇੰਚ ਹਾਈਟ ਬੱਚੀ ਦੀ ਵਧਾ। ਹੁਣ ਉਹਦੀ ਖਾਤਰ ਕਰਨਾ ਇਹ ਤਾਂ ਹੋਣਾ ਨਹੀਂ ਗਾ ਵੀ ਤੁਸੀਂ ਬੱਚੇ ਨੂੰ ਕਹਿਤਾ ਜਾਂ ਮੈਂ ਤੁਹਾਨੂੰ ਕਹਿਤਾ ਤਾਂ ਬੱਚਾ ਉਵੇਂ ਕਰਨ ਲੱਗ ਜੂ, ਨੋ। ਤੁਹਾਨੂੰ ਉਹਦੀ ਖਾਤਰ ਕੋਈ ਐਫਰਟਸ ਕਰਨੀਆਂ ਪੈਣਗੀਆਂ। ਫੋਰ ਐਗਜ਼ਾਮਪਲ, ਇੱਕ ਬੱਚੀ ਆ ਉਹਨੂੰ ਆਦਤ ਆ ਵੀ ਉਹ ਗਰਦਨ ਜੀ ਉਹਦੀ ਛੋਟੀ ਆ, ਨੀਵੀਂ ਜੀ ਪਾ ਕੇ ਤੁਰਦੀ ਆ, ਉਹਨੂੰ ਇੱਕ ਬਾਸਕਟਬਾਲ ਰਿੰਗ ਲਾਤੀ, ਉਹਨੂੰ ਤੈਂ ਕਿਹਾ ਬੇਟੇ ਡੇਲੀ ਇਹਦੇ 'ਚ 30 ਵਾਰੀ ਬਾਸਕਟ ਕਰਨੀ ਹੈ, ਅਤੇ ਹੌਲੀ ਹੌਲੀ ਜਿਹੜੀ ਉਹ ਬੱਚੀ ਆ ਉਹਨੂੰ ਗਰਦਨ ਚੱਕ ਕੇ ਚੱਲਣ ਦੀ ਵੀ ਆਦਤ ਪੈ ਜੂ, ਉਹਦਾ ਜਿਹੜਾ ਐਟੀਟਿਊਡ ਆ ਉਹ ਵੀ ਪੋਜ਼ਿਟਿਵ ਹੋ ਜੂ, ਔਰ ਉਹਦੀ ਜਿਹੜੀ ਸੋਚ ਆ ਜਿਹੜੀ ਸੋਸਾਇਟੀ ਦੇ ਵਿੱਚ ਜੋ ਪ੍ਰੋਬਲਮਸ ਆਉਂਦੀਆਂ ਨੇਗੀਆਂ ਉਹਨਾਂ ਬਾਰੇ ਵੀ ਉਹਦਾ ਜਿਹੜਾ ਨਜ਼ਰੀਆ ਉਹ ਵੀ ਜਿਹੜਾ ਉਹਦਾ ਬੱਚੀ ਦਾ ਬਦਲ ਜੂ। ਇਹ ਮੈਂ ਗੱਲਾਂ ਜ਼ਿਆਦਾਤਰ ਇਸ ਕਰਕੇ ਕਰ ਰਿਹਾ ਕਿਉਂਕਿ ਜਿਹੜੇ ਸਾਡੇ ਅਧਿਆਪਕ ਹੁੰਦੇ ਆ ਕਈ ਵਾਰੀ ਆਪਦੇ ਆਪ ਨੂੰ ਇਹੀ ਸਮਝ ਲੈਂਦੇ ਆ ਵੀ ਮੇਰਾ ਕੰਮ ਇਹੀ ਆ ਵੀ ਮੈਂ ਇਹਨਾਂ ਨੂੰ ਮੈਥ ਕਰਾਉਣਾ, ਮੈਂ ਇਹਨਾਂ ਨੂੰ ਸਾਇੰਸ ਕਰਾਉਣਾ। ਨੋ, ਤੁਹਾਡੇ ਕੋਲ 28 ਬੱਚੇ ਨੇ, ਤੁਸੀਂ 28 ਦੇ 28 ਬੱਚਿਆਂ ਵੱਲ ਦੇਖਣ, ਹਰੇਕ ਬੱਚੇ ਦੀਆਂ ਜਿਹੜੀਆਂ ਪ੍ਰੋਬਲਮਸ ਨੇਗੀਆਂ ਉਹ ਡਿਫਰੈਂਟ ਨੇਗੀਆਂ।
ਜਿਹੜਾ ਅਧਿਆਪਕ ਉਹਨਾਂ ਦੇ ਲੈਵਲ ਤੇ ਆ ਕੇ ਮੈਂ ਜਗਰਾਉਂ ਮੈਂ ਚਲੋ ਸੋਰੀ ਥੋੜੀ ਜਿਹੀ ਗੱਲ ਆਫ ਦਾ ਰਿਕਾਰਡ ਕਰ ਲੱਗਿਆ ਜਗਰਾਉਂ ਸਾਇੰਸ ਕਾਲਜ ਦੇ ਵਿੱਚ ਮੈਂ ਪੜ੍ਹਿਆ ਸਾਡੇ ਪ੍ਰੋਫੈਸਰ ਸਰਦਾਰ ਮਲਕੀਤ ਸਿੰਘ ਜੀ ਹੁੰਦੇ ਸੀ ਉਹ ਪੰਜਾਬ ਯੂਨੀਵਰਸਿਟੀ ਤੋਂ ਗੋਲਡ ਮੈਡਲਿਸਟ ਸੀਗੇ ਪਰ ਸਾਨੂੰ ਉਹਨਾਂ ਦੇ ਜਿਹੜੇ ਸਵਾਲ ਕਢਾਏ ਹੋਏ ਆ ਦੁਬਾਰੇ ਉੱਥੇ ਇੱਕ ਕੇ ਆਰ ਸਰ ਹੁੰਦੇ ਸੀ ਉਹਨਾਂ ਕੋਲ ਸਮਝਣ ਜਾਣਾ ਪੈਂਦਾ ਸੀ ਕਿਉਂਕਿ ਉਹਨਾਂ ਦਾ ਲੈਵਲ ਇੰਨਾ ਉੱਚਾ ਸੀਗਾ ਵੀ ਉਹ ਸਾਨੂੰ ਉੱਤੋਂ ਦੀ ਲੰਘ ਜਾਂਦਾ ਸੀਗਾ ਹਰੇਕ ਬੱਚੇ ਦੇ ਲੈਵਲ ਤੇ ਆ ਕੇ ਉਹਦੇ ਲੈਵਲ ਤੇ ਆ ਕੇ ਸੋਚਣਾ ਇਹ ਸੋਚਣਾ ਵੀ ਇਹਨੂੰ ਵਿਚਾਰੇ ਨੂੰ ਕੀ ਆ ਇਹਨੇ ਕੀ ਇਹਦੀ ਕਮੀ ਆ ਉੱਥੇ ਆ ਕੇ ਜਦੋਂ ਆਪਾਂ ਬੱਚੇ ਨੂੰ ਅੱਗੇ ਸਟਾਰਟ ਕਰਾਂਗੇ ਤਾਂ ਜ਼ਰੂਰ ਤੁਸੀਂ ਇੱਕ ਜਿਹੜੇ ਆਈਡੀਅਲ ਅਧਿਆਪਕ ਆ ਉਹ ਬਣੋਗੇ ਜਿਵੇਂ ਜਿਵੇਂ ਤੁਸੀਂ ਜਾਂਦੇ ਹੋ ਕਲਾਸਾਂ ਦੇ ਵਿੱਚ ਉਹਦੇ ਵਿੱਚ ਜਿਹੜੀਆਂ ਬੱਚੇ ਦੀਆਂ ਐਕਟੀਵਿਟੀਜ਼ ਆ ਜਿਵੇਂ ਹੁਣ ਅਸੀਂ ਬਰਨਾਲੇ ਦੇ ਵਿੱਚ ਕੀ ਕਰਦੇ ਹਾਂ ਸਾਡੇ ਹਰੇਕ ਕਲਾਸ ਇੰਚਾਰਜ ਨੇ ਚਾਰ ਗਰੁੱਪਾਂ 'ਚ ਵੰਡੇ ਹੋਏ ਆ ਬੱਚੇ ਫਿਰ ਉਹਨਾਂ ਦੇ ਗਾਹ ਚਾਰ ਗਰੁੱਪ ਬਣਾਏ ਨੇਗੇ ਪਹਿਲਾ ਗਰੁੱਪ ਤਾਂ ਉਹਨਾਂ ਦਾ ਸਪੋਰਟਸ ਵਾਲਾ ਜਿਹਨਾਂ ਦਾ ਜਿਵੇਂ ਮੰਨ ਲੈਂਦੇ ਵੀ ਰੱਸੀ ਟੱਪਣ ਦੇ ਕੰਪੀਟੀਸ਼ਨ ਕਰਾਉਣਾ ਦੂਜਾ ਗਰੁੱਪ ਆ ਉਹਨਾਂ ਦਾ ਜਾਂ ਉਹ ਪਹਿਲਾ ਗਰੁੱਪ ਆ ਜਿਹੜੇ ਉਹਨਾਂ ਦੇ ਬੈਸਟ ਅਕੈਡਮਿਕ ਵਾਲੇ ਨੇ ਜਿਹੜੇ ਬਹੁਤ ਇੰਟੈਲੀਜੈਂਟ ਆ ਜਿਹਨਾਂ ਬੱਚਿਆਂ ਨੂੰ ਕੋਈ ਕੁਇਜ਼ ਕੰਪੀਟੀਸ਼ਨ ਹੁੰਦਾ ਸਕੂਲ 'ਚ ਉਹਨਾਂ 'ਚ ਭਾਗ ਦਿਵਾਉਣਾ ਜਾਂ ਕੋਈ ਹੋਰ ਜਿਵੇਂ ਐਨ ਟੀ ਐੱਸ ਸੀ ਦਾ ਐਗਜ਼ਾਮ ਆ ਜਾਂ ਕੋਈ ਹੋਰ ਐਗਜ਼ਾਮ ਆ ਉਹਦੇ ਵਿੱਚ ਉਹਨਾਂ ਨੂੰ ਭਾਗ ਲਵਾਉਣਾ ਤੀਜੇ ਬੱਚੇ ਨੇਗੇ ਕੋਈ ਉਹਨਾਂ ਦੀ ਕੋ ਕਰਿਕੁਲਮ ਐਕਟੀਵਿਟੀ ਆ ਕੋਈ ਗਿੱਧੇ ਭੰਗੜੇ ਵਾਲੇ ਨੇ ਕੋਈ ਡਿਬੇਟ ਵਾਲੇ ਨੇਗੇ ਉਹਨਾਂ ਨੂੰ ਤੁਸੀਂ ਉਹ ਬੱਚਿਆਂ ਦੇ ਕਿਹੜੇ ਲੈਵਲ 'ਚੋਂ ਕਿਵੇਂ ਗਾਹ ਉਹਨਾਂ ਨੂੰ ਕੱਢ ਲੈਣਾ ਇਹ ਇੱਕ ਜਿਹੜਾ ਟੀਚਰ ਦਾ ਜਿਵੇਂ ਇੱਕ ਮਿਸਤਰੀ ਇੱਕ ਚੀਜ਼ ਨੂੰ ਵਧੀਆ ਤਰਾਸਦਾ ਉਵੇਂ ਤੁਸੀਂ ਉਹ ਬੱਚਿਆਂ ਨੂੰ ਜਿਹੜਾ ਉਹ ਤਰਾਸਣਾ ਹੁੰਦਾ ਹੈਗਾ ਜੇ ਆਪਾਂ ਇਹ ਸੋਚ ਕੇ ਚੱਲੀਏ ਇੱਕ ਗੱਲ ਹੋਰ ਬਹੁਤ ਮਤਲਬ ਅਹਿਮੀਅਤ ਰੱਖਦੀ ਆ ਜਿਹੜਾ ਜਦੋਂ ਵੀ ਅਧਿਆਪਕ ਕਲਾਸ ਦੇ ਵਿੱਚ ਜਾਂਦਾ ਉਹ ਕੋਈ ਨਾ ਕੋਈ ਕਈ ਵਾਰੀ ਕਿਸੇ ਬੱਚਿਆਂ ਦੇ ਉੱਤੇ ਕੋਈ ਨਾ ਕੋਈ ਇਹੋ ਜਿਹੀ ਗੱਲ ਥੋਪ ਦਿੰਦਾ ਜਾਂ ਕਹਿ ਦਿੰਦਾ ਕਲਾਸ ਦੇ ਵਿੱਚ ਇਹ ਤਾਂ ਮੋਟੇ ਦਿਮਾਗ ਦਾ ਜੀ ਇਹ ਤਾਂ ਡੱਲ ਆ ਇਹਨੂੰ ਤਾਂ ਪਤਾ ਹੀ ਨਹੀਂ ਲੱਗ ਸਕਦਾ ਉਹ ਬੱਚੇ ਦੇ ਜਿਹੜੀ ਮਨ ਦੇ ਉੱਤੇ ਬਹੁਤ ਵੱਡਾ ਅਸਰ ਆਪਾਂ ਤਾਂ ਜਦੋਂ ਵੀ ਕਲਾਸ 'ਚ ਜਾਣਾ ਆਪਾਂ ਤਾਂ ਇਹੀ ਕਹਿਣਾ ਬੇਟਾ ਤੁਹਾਡੇ ਵਰਗਾ ਤਾਂ ਕੋਈ ਆਈ ਨਹੀਂ ਤੁਸੀਂ ਤਾਂ ਬਹੁਤ ਵਧੀਆ ਕੋਈ ਨਹੀਂ ਅੱਜ ਨਹੀਂ ਸਮਝ ਲੱਗਿਆ ਕੱਲ੍ਹ ਨੂੰ ਕੋਈ ਨਹੀਂ ਬੇਟਾ ਇੱਕੀ ਜੇ ਤੂੰ ਮਾੜਾ ਮੋਟਾ ਰਹਿ ਗਿਆ ਤਾਂ ਅਗਲੇ ਸਾਲ ਸਹੀ ਹਰੇਕ ਬੱਚੇ ਦੇ ਪ੍ਰਤੀ ਜਿਹੜਾ ਇੱਕ ਅਧਿਆਪਕ ਆ ਜਿਹੜਾ ਉਹਦਾ ਨਜ਼ਰੀਆ ਉਹ ਬਹੁਤ ਪੋਜ਼ਿਟਿਵ ਹੋਣਾ ਚਾਹੀਦਾ ਤਾਂ ਜਾ ਕੇ ਉਹ ਬੱਚਾ ਕਿਤੇ ਅੱਗੇ ਜਿਹੜਾ ਉਹ ਸਕਸੈਸ ਹੁੰਦਾ ਸਕਸੈਸ ਦਾ ਮਤਲਬ ਇਹ ਨਹੀਂ ਹੁੰਦਾ ਵੀ ਬਹੁਤ ਵੱਡੀ ਕਮਾਈ ਕਰ ਲੈਣੀ ਜਾਂ ਬਹੁਤ ਵੱਡੀ ਕੋਈ ਵਧੀਆ ਜੋਬ ਲੈ ਲੈਣੀ ਸਕਸੈਸ ਦਾ ਮਤਲਬ ਹੁੰਦਾ ਵੀ ਕੋਈ ਕਿਵੇਂ ਸੁਸਾਇਟੀ ਦੇ ਵਿੱਚ ਵਿਚਰਦਾ ਕਿਵੇਂ ਉਹ ਸੰਤੁਸ਼ਟੀ ਕਰਦਾ ਕਈ ਕਰੋੜਾਂ ਅਰਬਾਂ ਰੁਪਈਆਂ ਨਾਲ ਸੰਤੁਸ਼ਟ ਨਹੀਂ ਹੁੰਦੇ ਕਈ ਹੁੰਦੇ ਨੇ ਵੀ ਕੋਈ ਗੱਲ ਨਹੀਂ ਜੋ ਦੇਤਾ ਰੱਬ ਨੇ ਉਹ ਦੇਤਾ ਇਹ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਆ ਉਹ ਇੱਕ ਜਿਹੜਾ ਅਧਿਆਪਕ ਆ ਉਹ ਕਰ ਸਕਦਾ ਪਲੀਜ਼ ਮੈਂ ਥੋੜ੍ਹਾ ਜਿਹਾ ਰਸਪਾਲ ਸਿੰਘ ਨੂੰ ਵੀ ਮੌਕਾ ਦਊ ਪਲੀਜ਼ ਹੋਰ ਕੋਈ ਗੱਲਬਾਤ ਆਪਾਂ ਕਰਨੀ ਚਾਹੁੰਦੇ ਹਾਂ ਕਰ ਲੈਂਦੇ ਕੋਈ ਹੋਰ ਜਿੱਥੇ ਆਪਾਂ ਥੋੜ੍ਹਾ ਜਿਹਾ ਪਲੀਜ਼ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇਵਾਂਗੇ ਤੁਹਾਡੇ ਦਿਮਾਗ 'ਚ ਹੋਵੇ ਜਿਵੇਂ ਰਸਪਾਲ ਸਿੰਘ ਨੇ ਕਿਹਾ ਸੀਗਾ ਉਹਦੇ ਵਿੱਚ ਇਹ ਵੀ ਕਿਹਾ ਗਿਆ ਵੀ ਜਿਹੜੇ ਤੁਸੀਂ ਬੀ ਐਡ ਵਾਲੇ ਸਟੂਡੈਂਟ ਹੋ ਹੁਣ ਸਾਡੇ ਕੋਲ ਦੋ ਜਿਹੜੀਆਂ ਡਰਾਈਵ ਕਮਿਸ਼ਨ 100% ਉਹਦੇ ਵਿੱਚ ਮੈਂ ਥੋੜ੍ਹਾ ਜਿਹਾ ਤੁਹਾਨੂੰ ਦੱਸਦਾ ਵੀ ਜਿਵੇਂ ਪਿਛਲੇ ਸਾਲ ਦਾ ਸਾਡਾ ਪਲੱਸ ਟੂ ਦਾ ਰਿਜ਼ਲਟ ਸੀਗਾ ਉਹ ਸਾਡਾ ਗੌਰਮੈਂਟ ਸਕੂਲਾਂ ਦਾ 96.4 ਸੀਗਾ ਪ੍ਰਾਈਵੇਟ ਸਕੂਲਾਂ ਦਾ 83% ਸੀਗਾ ਕਿਉਂਕਿ ਦਸਵੀਂ ਦੇ ਪੇਪਰ ਨਹੀਂ ਹੋਏ ਉਹ ਮੈਂ ਨਹੀਂ ਗੱਲ ਕਰਦਾ ਇਸ ਕਰਕੇ ਜਿਹੜੀ ਐਜੂਕੇਸ਼ਨ ਦਾ ਸਟੈਂਡਰਡ ਆ ਉਹ ਗੌਰਮੈਂਟ ਸਕੂਲਾਂ ਦੇ ਵਿੱਚ ਬਹੁਤ ਅੱਗੇ ਨੂੰ ਵਧੀਆ ਹੋਇਆ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਅਤੇ ਉਹਦੇ ਵਿੱਚ ਹੁਣ ਅਸੀਂ ਜੋ ਵੀ ਤੁਸੀਂ ਦਾਖਲ ਕਰਾਓਗੇ ਜਾਂ ਰਜਿਸਟ੍ਰੇਸ਼ਨ ਕਰਾਵੋਗੇ ਤੁਸੀਂ ਕੋਈ ਵੀ ਬੱਚਾ ਤੁਹਾਡੇ ਆਂਢ ਗੁਆਂਢ ਰਹਿੰਦਾ ਇਹ ਨਹੀਂ ਗਾ ਵੀ ਹੋ ਸਕਦਾ ਤੁਸੀਂ ਸੁਧਾਰ ਕਾਲਜ ਦੇ ਵਿੱਚ ਪੜ੍ਹਦੇ ਹੋਵੋ ਤੁਸੀਂ ਬੈਕਗਰਾਊਂਡ ਤੁਸੀਂ ਰਹਿੰਦੇ ਬਰਨਾਲੇ ਜ਼ਿਲ੍ਹੇ 'ਚ ਹੋਵੋ ਤੁਸੀਂ ਇੱਥੇ ਬਰਨਾਲੇ ਦੇ ਵਿੱਚ ਕੋਈ ਬੱਚਾ ਦਾਖਲ ਕਰਾਤਾ ਸਾਡੇ ਸਰਕਾਰੀ ਸਕੂਲ ਦੇ ਵਿੱਚ ਤਾਂ ਉਹ ਰਜਿਸਟ੍ਰੇਸ਼ਨ ਤੁਹਾਡੇ ਨਾਲ ਹੀ ਵੱਜੂਗੀ ਚਾਹੇ ਤੁਸੀਂ ਉਹ ਸੁਧਾਰ ਕਾਲਜ ਦੇ ਵਿੱਚ ਕੰਮ ਕਰਦੇ ਹੋ ਉਹਦੇ ਜਿਹੜੇ ਨੰਬਰ ਆ ਤੁਸੀਂ ਕਿੰਨੇ ਬੱਚੇ ਸਾਨੂੰ ਇਨਰੋਲ ਕਰਾਉਂਦੇ ਹੋ ਪ੍ਰਾਈਵੇਟ ਸਕੂਲਾਂ 'ਚ ਗੌਰਮੈਂਟ ਸਕੂਲਾਂ ਦੇ ਵਿੱਚ ਉਹ ਜਿਹੜੀ ਤੁਹਾਡੀ ਜਿਹੜੀ ਅਸੀਂ ਨੰਬਰਿੰਗ ਦੇਣੇ ਆ ਕਿਉਂਕਿ ਇੱਕ ਸੈਕਟਰੀ ਸਾਹਿਬ ਨੇ ਕਿਹਾ ਵੀ ਬਕਾਇਦਾ ਜਿਹੜਾ ਇੱਕ ਸਰਟੀਫਿਕੇਟ ਸਾਡੇ ਬੀ ਐਨ ਓ ਲਾਏ ਨੇਗੇ ਬਲਾਕ ਨੋਡਲ ਅਫਸਰ ਹਰੇਕ ਬਲਾਕ ਦਾ ਇੱਕ ਨੋਡਲ ਅਫਸਰ ਆ ਜਿਹੜੇ ਸਕੂਲ ਦੇ ਵਿੱਚ ਤੁਸੀਂ ਟੀਚਿੰਗ ਪ੍ਰੈਕਟਿਸ ਲਾਓਗੇ ਜਿਹੜਾ ਉੱਥੇ ਦਾ ਬੀ ਐਨ ਓ ਹੋਊਗਾ ਉਹ ਤੁਹਾਡਾ ਉਹ ਸਰਟੀਫਿਕੇਟ ਭਰੂਗਾ ਉਦੋਂ ਬਾਅਦ ਹੋ ਸਕਦਾ ਮੇਰੇ ਸਾਈਨ ਹੋਣ ਜਾਂ ਸੈਕਟਰੀ ਸਾਹਿਬ ਦੇ ਹੋਣ ਤਾਂ ਉਹ ਸਰਟੀਫਿਕੇਟ ਦੇ ਉੱਤੇ ਬਕਾਇਦਾ ਤੁਹਾਡੀ ਨੰਬਰਿੰਗ ਹੋਊਗੀ ਉਹਦੇ ਵਿੱਚ ਬਕਾਇਦਾ ਲਿਖਿਆ ਜਾਊਗਾ ਤੁਹਾਡਾ ਇੱਕ ਟੈਸਟ ਹੋਊਗਾ ਜਿਵੇਂ ਤੁਸੀਂ ਕਲਾਸ ਨੂੰ ਟੀਚ ਕਰ ਰਹੇ ਹੋ
ਸਾਡੇ BNO ਤੁਹਾਡੇ ਮਗਰ ਬੈਠਣਗੇ, ਉਹ ਦੇਖਣਗੇ ਜਾਂ ਤੁਸੀਂ ਕੀ ਉਹਨਾਂ ਦੀ ਜਿਹੜੇ ਬੱਚਿਆਂ ਦੀ ਕਲਾਸ ਉਹਨੂੰ ਦਿੱਤੀ ਗਈ। ਜੇ ਹੁਣ ਤੁਸੀਂ ਮੰਨ ਲੈਂਦੇ ਹੋ ਵੀ ਹੁਣ ਸਕੂਲ ਬੰਦ ਆ ਤਾਂ ਤੁਸੀਂ ਯੂਮ ਕਲਾਸ ਲੈ ਰਹੇ ਹੋ, ਕਿੰਨੇ ਬੱਚਿਆਂ ਦੀ ਯੂਮ ਕਲਾਸ ਲੈ ਰਹੇ ਹੋ, ਉਹਦੀ ਕੀ ਆਊਟਪੁੱਟ ਆ, ਇਹ ਸਾਰੀਆਂ ਗੱਲਾਂ ਜਿਹੜੀਆਂ ਉਹਦੇ ਵਿੱਚ ਨੋਟ ਹੋਣਗੇ। ਜਿਵੇਂ ਮੈਂ ਗੱਲ ਕੀਤੀ ਆ ਵੀ ਬੱਚਿਆਂ ਦੇ ਲੈਵਲ ਤੇ ਆਉਣਾ ਜਾਂ ਬੱਚਿਆਂ ਦੇ ਵਿੱਚ ਦੇਖਣਾ ਵੀ ਜੇ 6ਵੀਂ ਦੇ ਵਿੱਚ ਬੱਚਾ ਆ ਗਿਆ ਤੁਸੀਂ ਉਹਨੂੰ 10ਵੀਂ ਤੱਕ ਤੁਸੀਂ ਉਹਦੇ ਕਲਾਸ ਇੰਚਾਰਜ ਰਹਿਣਾ, ਤਾਂ ਤੁਹਾਨੂੰ ਉੱਥੇ ਪਤਾ ਲੱਗ ਜਾਣਾ ਚਾਹੀਦਾ ਵੀ ਇਹ ਬੱਚਾ ਕਿਹੜੇ ਕੈਰੀਅਰ ਕੀ ਅਡੋਪਟ ਕਰ ਸਕਦਾ। ਇਵੇਂ ਜਿਹੜੇ ਹੁਣ ਤੁਸੀਂ ਕਲਾਸ ਦੇ ਵਿੱਚ ਟੀਚ ਕਰੋਗੇ ਉਹਨਾਂ ਦੇ ਤੁਸੀਂ ਉਹਨਾਂ ਬੱਚਿਆਂ ਦੇ ਕੈਰੀਅਰ ਪ੍ਰਤੀ ਕੀ ਕੰਮ ਕੀਤਾ, ਇਹ ਸਾਰੀਆਂ ਗੱਲਾਂ ਉਹ ਸਰਟੀਫਿਕੇਟ ਦੇ ਵਿੱਚ ਲਿਖੀਆਂ ਜਾਣਗੀਆਂ। ਬਲਾਕ ਨੋਡਲ ਅਫਸਰ ਜਿਹੜੇ ਨੇਗੇ ਉਹ ਤੁਹਾਡੇ ਸੁਧਾਰ ਕਾਲਜ ਦੇ ਨਹੀਂ ਹੋਣਗੇ ਜਿੱਥੇ ਤੁਹਾਡੀ ਟੀਚਿੰਗ ਪ੍ਰੈਕਟਿਸ ਲੱਗੀ ਹੋਊਗੀ। ਜਿਹੜੇ ਬਲਾਕ ਦੇ ਵਿੱਚ ਤੁਹਾਡਾ ਸਕੂਲ ਪੈਂਦਾ ਹੈਗਾ ਜਿਹੜਾ ਉੱਥੇ ਦਾ BNO ਆ ਉਹ ਜਿਹੜਾ ਸਰਟੀਫਿਕੇਟ ਆ ਤੁਹਾਨੂੰ ਇਸ਼ੂ ਕਰੂਗਾ। ਇਸ ਸੰਬੰਧ 'ਚ ਕਿਸੇ ਦੀ ਕੋਈ ਗੱਲਬਾਤ ਹੋਵੇ ਪਲੀਜ਼ ਮੇਰੇ ਨਾਲ ਜ਼ਰੂਰ ਸਾਂਝੀ ਕਰ ਲਿਓ। ਅਸੀਂ ਬਹੁਤ ਉਮੀਦ ਕਰਦੇ ਹਾਂ ਵੀ ਅਸੀਂ ਥੋੜ੍ਹਾ ਜਿਹਾ ਸਾਨੂੰ ਕਈ ਵਾਰੀ ਦੁੱਖ ਵੀ ਲੱਗਦਾ ਜਦ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਥੋੜ੍ਹੇ ਥੋੜ੍ਹੇ ਪੈਸਿਆਂ 'ਤੇ ਕੰਮ ਕਰਦੇ ਆ। ਅਸੀਂ ਤਾਂ ਚਾਹੁੰਦੇ ਹਾਂ ਜੇ ਸਾਡੀ ਇਨਰੋਲਮੈਂਟ ਵਧੂ। ਤੁਸੀਂ ਹੈਰਾਨ ਮੰਨੋਗੇ ਪ੍ਰੀ ਪ੍ਰਾਇਮਰੀ ਅਤੇ ਪ੍ਰਾਇਮਰੀ ਦੀ ਖਾਤਰ 8000 ਪੋਸਟ ਨਵੀਂ ਸੈਂਕਸ਼ਨ ਹੋਈ ਆ ਜੋ ਅਸੀਂ ਐਡਵਰਟਾਈਜ਼ ਕਰਨ ਜਾ ਰਹੇ ਹਾਂ ਵਿਦ ਇਨ ਵੀਕ। ਉਹਦੇ ਵਿੱਚ ਜੇ ਉਹ 30 ਬੱਚਿਆਂ ਮਗਰ ਇੱਕ ਪੋਸਟ ਆ, ਜੇ ਮੰਨ ਲੈਂਦੇ ਹਾਂ ਵੀ 13000 ਸਕੂਲ ਆ ਸਾਡਾ ਪ੍ਰਾਇਮਰੀ ਸਕੂਲ, 13080 ਸਕੂਲ ਨੇ ਆਈ ਥਿੰਕ ਪ੍ਰਾਇਮਰੀ ਸਕੂਲ, ਜੇ ਅਸੀਂ ਹਰੇਕ ਸਕੂਲ ਦੇ ਵਿੱਚ ਇੱਕ ਟੀਚਰ ਦੇਣਾ ਹੋਵੇ ਤਾਂ 3,90,000 ਸਾਡੀ ਪ੍ਰੀ ਪ੍ਰਾਇਮਰੀ LKG ਅਤੇ UKG ਦੀ ਗਿਣਤੀ ਚਾਹੀਦੀ ਸੀ। ਜੇ 3,90,000 ਆ ਤਾਂ ਉਹਨੂੰ ਅਸੀਂ 30 ਬੱਚਿਆਂ ਮਗਰ ਇੱਕ ਟੀਚਰ ਦੇਣਾ। ਜੇ ਸਾਡੇ ਸਰਕਾਰੀ ਸਕੂਲਾਂ ਦੀ ਇਨਰੋਲਮੈਂਟ ਵਧੂ ਤਾਂ ਉਸ ਰੇਸ਼ੋ ਦੇ ਵਿੱਚ ਫਿਰ ਜਿਹੜੀਆਂ ਪੋਸਟਾਂ ਨੇ ਉਹ ਵੀ ਜਿਹੜੀ ਵਧਣਗੀਆਂ, ਅਤੇ ਜੇ ਪੋਸਟਾਂ ਵਧਣਗੀਆਂ ਤਾਂ ਜਿਹੜਾ ਰੁਜ਼ਗਾਰ ਆ ਉਹ ਬਿਲਕੁਲ ਵਧੂਗਾ। ਇਹ ਕੋਈ ਗੱਲ ਨਹੀਂ ਕਿ ਕਈ ਵਾਰੀ ਕਿਸੇ ਦੇ ਦਿਮਾਗ 'ਚ ਹੁੰਦਾ ਜੀ ਆਹ, ਬਿਲਕੁਲ ਨਹੀਂ। ਜੋ ਮੈਟ ਦੇ ਆਧਾਰ 'ਤੇ ਤੁਹਾਡੇ ਟੈਸਟ ਹੁੰਦੇ ਨੇਗੇ ਉਹ ਟੈਸਟ ਤੁਸੀਂ ਦਿੰਦੇ ਹੋ, ਉਹ ਟੈਸਟਾਂ ਦੇ ਆਧਾਰ 'ਤੇ ਜੋ ਵੀ ਮੈਟ ਬਣਦੀ ਆ ਉਹਦੇ ਬੇਸ 'ਤੇ ਅਸੀਂ ਜਿਹੜੇ ਟੀਚਰ ਭਰਤੀ ਕਰਦੇ ਹਾਂ। ਪਲੀਜ਼ ਤੁਸੀਂ ਜੁੜੋ, ਬੱਚਿਆਂ ਨਾਲ ਜੁੜੋ ਅਤੇ ਇਹਨੂੰ ਪ੍ਰੋਫੈਸ਼ਨ ਨੂੰ ਜਿਹੜਾ ਐਜੂਕੇਸ਼ਨ ਹੈ ਇੱਕ ਬਹੁਤ ਪਵਿੱਤਰ ਆ। ਮੈਂ ਤਾਂ ਆਪਦੇ ਸਾਰੇ ਅਧਿਆਪਕਾਂ ਨੂੰ ਕਹਿੰਦਾ ਹੁੰਦਾ ਵੀ ਜਿਹੜਾ ਇੱਕ ਟੀਚਰ ਬਣ ਗਿਆ ਉਹਨੂੰ ਨਾ ਕਿਤੇ ਗੁਰਦੁਆਰੇ ਜਾਣ ਦੀ ਲੋੜ ਆ, ਨਾ ਕਿਤੇ ਮੰਦਰ ਜਾਣ ਦੀ ਲੋੜ ਆ, ਉਹ ਇੱਥੇ ਹੀ ਕੰਮ ਕਰੇ। ਮੈਂ ਇੱਕ ਗੱਲ ਥੋੜ੍ਹੀ ਜਿਹੀ ਤੁਹਾਨੂੰ ਇੱਥੇ ਵੀ ਦੱਸਣੀ ਚਾਹੂੰਗਾ, ਚਾਹੇ ਮੈਂ ਬਿਲਕੁਲ ਸਪੋਰਟਸ ਨਹੀਂ ਕੀਤੀ, 2013 ਦੇ ਵਿੱਚ ਮੈਂ ਡਿਪਟੀ ਡਾਇਰੈਕਟਰ ਗਿਆ, 17 ਤੁਸੀਂ ਸਕੂਲ ਗੇਮ ਫੈਡਰੇਸ਼ਨ ਆਫ ਇੰਡੀਆ ਦਾ ਮੈਂ ਜਨਰਲ ਜੁਆਇੰਟ ਸੈਕਟਰੀ ਵੀ ਹਾਂ। ਜਦੋਂ ਤੁਸੀਂ ਉਹਦੀ ਸਾਈਟ ਖੋਲੋਗੇ ਤੁਹਾਨੂੰ ਪਤਾ ਲੱਗੂ ਵੀ 12-13 ਦੇ ਵਿੱਚ ਜਿਹੜੀ ਮੈਡਲ ਟੈਲੀ ਸੀ ਉਹਦੇ ਵਿੱਚ ਪੰਜਾਬ ਇੰਡੀਆ 'ਚੋਂ 7ਵੇਂ ਨੰਬਰ 'ਤੇ ਸੀ ਔਰ 51 ਗੋਲਡ ਮੈਡਲ ਸੀ। ਜਦੋਂ ਮੈਂ 16-17 ਛੱਡ ਕੇ ਆਇਆ 118 ਗੋਲਡ ਮੈਡਲ ਸੀ ਔਰ ਪੰਜਾਬ ਇੰਡੀਆ 'ਚੋਂ 3ਜੇ ਨੰਬਰ 'ਤੇ ਆ ਗਿਆ। ਜਦੋਂ ਤੁਸੀਂ ਮਿਹਨਤ ਕਰਦੇ ਹੋ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੁੰਦੀ ਵੀ ਕੋਈ ਆਊਟਪੁੱਟ ਨਾ ਨਿਕਲੇ। ਅਤੇ ਅਸੀਂ ਤਾਂ ਇਹਨਾਂ ਜੋ ਪ੍ਰੋਫੈਸਰ ਇੱਥੇ ਸਾਡੇ ਇਹਨਾਂ ਕਾਲਜਾਂ ਦੇ ਵਿੱਚ ਪੜ੍ਹਾ ਰਹੇ ਹਾਂ ਉਹਨਾਂ ਦਾ ਦੇਣ ਹੀ ਨਹੀਂ ਦੇ ਸਕਦੇ। ਮੈਂ ਇੱਥੇ ਜ਼ਰੂਰ ਪ੍ਰਗਟ ਸਿੰਘ ਜੀ ਨੂੰ ਵੀ, ਰਸਪਾਲ ਸਿੰਘ ਨੂੰ ਵੀ ਕਹੂੰਗਾ ਵੀ ਜਿਹੜੇ ਬੱਚੇ ਨੇ ਸਾਡੇ ਇਹਨਾਂ ਨੂੰ ਨਿਹੰਗ ਸ਼ਮਸ਼ੇਰ ਸਿੰਘ ਬਾਰੇ ਵੀ ਦੱਸਿਆ ਜਾਵੇ, ਕਿਵੇਂ ਉਹਨਾਂ ਨੇ ਇਸ ਜਿਹੜੇ ਇਲਾਕੇ ਦੇ ਵਿੱਚ ਕਿਵੇਂ ਇਹ ਜਿਹੜੀਆਂ ਇੰਸਟੀਟਿਊਸ਼ਨ ਸਟਾਰਟ ਕੀਤੀਆਂ। ਮੈਨੂੰ, ਮੈਂ ਆਪ ਤਾਂ ਨਹੀਂ ਉਹਨਾਂ ਨੂੰ ਖਰ ਛੋਟੇ ਆ ਅਸੀਂ ਤਾਂ, ਪਰ ਜੋ ਸਾਡੇ ਬਜ਼ੁਰਗ ਆ, ਮੇਰੇ ਫਾਦਰ ਇਨ ਲਾਅ ਵੀ ਇੱਥੋਂ ਹੀ ਰਿਟਾਇਰ ਹੋਏ ਨੇ, ਜਾਂ ਅਸੀਂ ਉਹਨਾਂ ਤੋਂ ਸੁਣਦੇ ਰਹੇ ਹਾਂ ਕਿਵੇਂ ਉਹ ਗੱਡਿਆਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਕਣਕ ਇਕੱਠੀ ਕਰਦੇ ਸੀ, ਕਿਵੇਂ ਉਹ ਦੇਖਦੇ ਸੀਗੇ ਵੀ ਬੱਚਿਆਂ ਨੂੰ ਕਿਤੇ ਵੀ ਫੀਸ ਨਹੀਂ ਸੀ ਮੰਗੀ ਜਾਂਦੀ। ਜੇ ਕਿਸੇ ਨੇ 2-50 ਕਿਲੋ ਕਣਕ ਲਿਆਤੀ, ਚੌਲ ਲਿਆਤੀ, ਉਹ ਬੱਚੇ ਦੀ ਐਜ਼ ਏ ਫੀਸ ਐਡਜਸਟ ਕਰ ਲਈ ਜਾਂਦੀ ਸੀ। ਤਾਂ ਜ਼ਰੂਰ ਆਪਾਂ ਨੂੰ ਜਿਹੜੀਆਂ ਇਹ ਇੰਸਟੀਟਿਊਸ਼ਨ ਨੇਗੀਆਂ, ਠੀਕ ਆ ਹੁਣ ਜਿਵੇਂ ਨਵੀਆਂ ਖੁੱਲ੍ਹ ਗਈਆਂ, ਚਾਹੇ ਸਾਡੇ ਇੱਧਰ ਰੈਕੋਰਡ ਖੁੱਲ੍ਹ ਗਈਆਂ 1-2, ਉਹ ਲੋਕਾਂ ਨੇ ਇੱਕ ਬਿਜ਼ਨਸ ਬਣਾਇਆ ਹੋਇਆ, ਪਰ ਜਿਹੜੀਆਂ ਇਹ ਇੰਸਟੀਟਿਊਸ਼ਨ ਨੇਗੀਆਂ ਇਹਨਾਂ ਦੀ ਇਲਾਕੇ ਨੂੰ ਬਹੁਤ ਜ਼ਿਆਦਾ ਦੇਣ। ਬਸ 10 ਮਿੰਟ ਦੀ ਇਲਾਕੇ ਨੂੰ ਦੇਣਾ ਉਹ ਕਿਤੇ ਵੀ ਰਿਪਲਾਈ ਜਾ ਸਕਦੇ। ਇਸ ਕਰਕੇ ਮੈਂ ਤਾਂ ਬੇਨਤੀ ਕਰਦਾ ਹੁੰਦਾ ਜਿੱਥੇ ਵੀ ਜਾਵਾਂ ਵੀ ਵੱਧ ਤੋਂ ਵੱਧ ਬੱਚੇ ਇਹਨਾਂ ਕਾਲਜਾਂ ਦੇ ਵਿੱਚ ਪੜ੍ਹਾਓ, ਕਿਉਂਕਿ ਹੁਣ ਥੋੜ੍ਹਾ ਜਿਹਾ ਪ੍ਰੋਬਲਮ ਆ, ਬੱਚਿਆਂ ਦੀ ਗਿਣਤੀ ਘੱਟ ਆ। ਫਿਰ ਵੀ ਜਿੰਨੇ ਵੀ ਸਾਡੇ ਅਧਿਆਪਕ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ, ਤੁਹਾਨੂੰ ਵੀ ਟੀਚਰਾਂ ਨੂੰ ਕਰਾਂਗੇ, ਇਹਨਾਂ ਦੀ ਜੋ ਦੇਣ ਆ
ਕਦੋਂ ਦੇ ਇਹ ਖੁੱਲੇ ਨੇ? ਤੁਹਾਡੇ ਦਾਦਾ ਜੀ ਵੀ ਇੱਥੇ ਪੜ੍ਹੇ ਆ, ਤੁਹਾਡੇ ਡੈਡੀ ਜੀ ਜਾਂ ਚਾਚਾ ਜੀ, ਆਂਢ ਗਵਾਂਢ ਜਾਂ ਉਸ ਇਸ ਗਰੁੱਪ ਦੇ ਜੋ ਇਹਨਾਂ ਸਕੂਲਾਂ ਦੇ ਵਿੱਚੋਂ ਪੜ੍ਹ ਕੇ ਇੱਥੇ ਤੱਕ ਜਾਂ ਕੈਨੇਡਾ 'ਚ ਬੈਠੇ ਆ, ਜਾਂ ਜੋ ਸਾਡੇ ਵਰਗੇ ਇੰਨੀਆਂ ਸੋਹਣੀਆਂ ਪੋਸਟਾਂ ਦਾ ਆਨੰਦ ਮਾਣ ਰਹੇ ਆ, ਉਹ ਸਿਰਫ ਇਹਨਾਂ ਬਜ਼ੁਰਗਾਂ ਕਰਕੇ ਹੀ ਆ। ਮੈਂ ਬੇਨਤੀ ਕਰੂੰਗਾ ਜ਼ਰੂਰ ਇਹਨਾਂ ਨੂੰ, ਜਿਹੜੇ ਪੁਰਾਣੇ ਸਾਡੇ, ਚਾਹੇ ਉਹ ਸਰਦਾਰ ਬਖਤਾਵਰ ਸਿੰਘ ਜੀ ਸੀ, ਚਾਹੇ ਉਹ ਨਿਹੰਗ ਸ਼ਮਸ਼ੇਰ ਸਿੰਘ ਜੀ ਸੀ, ਉਹ ਜੋ ਪੁਰਾਣੇ ਜਿਹਨਾਂ ਨੇ ਖੜੀਆਂ ਕੀਤੀਆਂ ਸੀਗੀਆਂ, ਉਹਨਾਂ ਬਾਰੇ ਵੀ ਜ਼ਰੂਰ ਦੱਸਿਆ ਗਿਆ। ਥੈਂਕ ਯੂ। ਹਾਂਜੀ ਰਸਪਾਲ ਸਿੰਘ ਜੀ, ਥੈਂਕ ਯੂ। ਓਵਰ ਟੂ ਰਸਪਾਲ ਸਿੰਘ ਜੀ। ਜੀ ਜੀ ਸਰ, ਥੈਂਕ ਯੂ ਸਰ। ਮੇਰੀ ਗੁਜ਼ਾਰਿਸ਼ ਆ ਪਿਆਰੇ ਵਿਦਿਆਰਥੀਆਂ ਨੂੰ ਕਿ ਜੋ ਵੀ ਤੁਹਾਡੇ ਮਨ 'ਚ ਕੋਈ ਕੁਐਰੀ ਆ ਰਹੀ ਹੈ ਬੇਟਾ, ਤੁਸੀਂ ਸਰ ਨਾਲ ਸਿੱਧੇ ਤੌਰ 'ਤੇ ਕੰਟੈਕਟ ਕਰ ਸਕਦੇ ਹੋ। ਅਦਰਵਾਈਜ਼ ਮੈਂ ਸਰ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਵਟਸਐਪ ਗਰੁੱਪ ਦੇ ਵਿੱਚ ਸੈਂਡ ਕਰ ਦਿਆਂਗਾ, ਅਤੇ ਜਦੋਂ ਵੀ ਤੁਹਾਨੂੰ ਜੋ ਵਿਦਿਆਰਥੀ ਤੁਹਾਡੀ ਸਾਈਡ ਤੋਂ ਹੋਣਗੇ ਜਾਂ ਕੁਛ ਵੀ ਪੁੱਛਣਾ ਚਾਹੁੰਗੇ ਉਹ ਜ਼ਰੂਰ ਪੁੱਛ ਲੈਣਗੇ। ਹਾਂ ਬੇਟਾ, 1-2 ਮਿੰਟ ਤੁਹਾਨੂੰ ਦਿੰਦੇ ਹਾਂ, ਜੋ ਵੀ ਕੁਐਰੀ ਹੈ ਤੁਹਾਡੇ ਮਾਇੰਡ 'ਚ ਜ਼ਰੂਰ ਪੁੱਛੋ ਤੁਸੀਂ। ਜਿੰਨੇ ਕੁ ਟਾਈਮ ਤੱਕ ਜੇ ਬੱਚੇ ਕੋਈ ਕੁਐਸਚਨ ਫਰੇਮ ਕਰਦੇ ਆ ਜਾਂ ਟਾਈਪ ਕਰਦੇ ਆ, ਡੀਓ ਸਾਹਿਬ ਅਸੀਂ ਇੱਕ ਤੁਹਾਨੂੰ ਜ਼ਰੂਰ, ਤੁਹਾਡੇ ਵੱਲੋਂ ਜਿਹੜਾ ਆਦੇਸ਼ ਮਿਲਿਆ ਉਹਨੂੰ ਅਸੀਂ ਜ਼ਰੂਰ ਪਾਲਣਾ ਕਰਾਂਗੇ ਉਸ ਚੀਜ਼ ਦੀ, ਕਿ ਅਸੀਂ ਜਿਹੜੀਆਂ ਸੰਸਥਾਵਾਂ ਦਾ ਮਾਣਮੱਤਾ ਇਤਿਹਾਸ ਆ, ਜਿਵੇਂ ਤੁਸੀਂ ਨਿਹੰਗ ਸ਼ਮਸ਼ੇਰ ਸਿੰਘ ਜੀ ਦੀ ਗੱਲ ਕੀਤੀ ਹੈ, ਅਸੀਂ ਆਲਰੇਡੀ ਇਸ ਬਾਰੇ ਇੱਕ ਪਲਾਨ ਕਰ ਰਹੇ ਹਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪੁਰਾਣੇ ਸਾਡੇ ਇੱਥੋਂ ਦੇ ਪੜ੍ਹੇ ਹੋਏ ਵਿਦਿਆਰਥੀ ਨੇ ਜਾਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਏ ਲੋਕ ਨੇ, ਉਹਨਾਂ ਦੁਆਰਾ ਕੁਛ ਗੱਲਾਂ ਰਿਕਾਰਡ ਕਰਕੇ ਜ਼ਰੂਰ ਰੱਖੀਆਂ ਜਾਣ। ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਕੁਝ ਦਿਨ ਪਹਿਲਾਂ ਹੀ ਡਾਕਟਰ ਬਰਾੜ ਜੀ ਕਾਲਜ ਆਏ ਸੀ, ਅਤੇ ਉਹਨਾਂ ਨੇ ਵੀ ਇਹ ਸ਼ੇਅਰ ਕੀਤਾ ਕਿ ਕਿਵੇਂ ਨਿਹੰਗ ਜੀ ਇੱਥੋਂ ਪੈਦਲ ਚੱਲ ਕੇ ਰੇਲਵੇ ਸਟੇਸ਼ਨ ਤੱਕ ਜਾਂਦੇ ਸੀ, ਰੇਲਵੇ ਸਟੇਸ਼ਨ ਤੋਂ ਲੁਧਿਆਣੇ ਤੱਕ ਜਾਂਦੇ ਸੀ, ਲੁਧਿਆਣਿਓਂ ਇੱਕ ਸੀਮੈਂਟ ਦੀ ਬੋਰੀ ਲੈ ਕੇ ਆਪਣੇ ਸਿਰ ਦੇ ਉੱਪਰ, ਫਿਰ ਰੇਲਵੇ ਸਟੇਸ਼ਨ ਤੋਂ ਪੈਦਲ ਚੱਲ ਕੇ ਸੁਧਾਰ ਤੱਕ ਆਉਂਦੇ ਸੀ ਜਦੋਂ ਇਹ ਸੰਸਥਾਵਾਂ ਬਣੀਆਂ ਨੇ। ਸੋ ਜਿਹੜੀ ਹੈਗੀ ਆ ਵੈਲਿਊ ਹੈ ਜਾਂ ਜੋ ਉਹਨਾਂ ਨੇ ਇੱਥੇ ਕਲਚਰ ਡਿਵੈਲਪ ਕੀਤਾ ਉਹ ਜ਼ਰੂਰ ਬੱਚਿਆਂ ਤੱਕ ਪਹੁੰਚਣਾ ਚਾਹੀਦਾ। ਉਸ ਤੋਂ ਬਾਅਦ ਸਰਦਾਰ ਬਖਤਾਵਰ ਸਿੰਘ ਜੀ ਗਿੱਲ ਹੋਰਾਂ ਨੇ ਜੋ ਪੁਰਾਣੀ ਚੱਲਦੀ ਆਉਂਦੀ ਆ ਪਰੰਪਰਾਵਾਂ ਸੀ ਉਹਨੂੰ ਅੱਗੇ ਰੱਖਿਆ। ਸੋ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਸਰ ਇੱਦਾਂ ਦੀ ਜਿਹੜੀ ਹਿਸਟਰੀ ਆ ਉਹਨੂੰ ਬਚਾ ਕੇ ਰੱਖ ਸਕੀਏ ਅਤੇ ਸਾਡੇ ਬੱਚਿਆਂ ਨਾਲ ਵੀ ਸ਼ੇਅਰ ਕਰ ਸਕੀਏ, ਤਾਂ ਜੋ ਉਹ ਤੋਂ ਵੀ ਸਿੱਖਿਆ ਲੈ ਕੇ ਬੱਚੇ ਸਿੱਖਿਆ ਦੇ ਖੇਤਰ 'ਚ ਯੋਗਦਾਨ ਪਾ ਸਕਣ। ਇੱਕ ਸਰ ਛੋਟਾ ਜਿਹਾ ਸਾਡੀ ਗੁਜ਼ਾਰਿਸ਼ ਹੋਰ ਸੀ ਤੁਹਾਨੂੰ ਜੀ, 1-2 ਮਿੰਟ ਵਾਸਤੇ। ਹਾਂਜੀ ਹਾਂਜੀ। ਜਿਹੜੇ ਜਿਹੜੇ ਪੰਜਾਬ ਗੌਰਮੈਂਟ ਵੱਲੋਂ ਹੋਰ ਇਨੀਸ਼ੀਏਟਿਵ ਲਏ ਜਾ ਰਹੇ ਨੇ, ਜਿਸ ਤਰ੍ਹਾਂ ਕਿ ਸਰਕਾਰੀ ਸਕੂਲਾਂ ਦੀ ਦਿੱਖ ਪਹਿਲਾਂ ਨਾਲੋਂ ਬਿਲਕੁਲ ਬਦਲ ਚੁੱਕੀ ਹੈ, ਹਰ ਇੱਕ ਸਕੂਲ ਦੇ ਵਿੱਚ ਸਮਾਰਟ ਕਲਾਸਰੂਮਸ ਬਣ ਚੁੱਕੇ ਨੇ, ਜਿਵੇਂ ਹੁਣੇ ਤੁਸੀਂ ਦੱਸਿਆ ਕਿ ਬੱਚਿਆਂ ਦੀ ਇਵੈਲਿਊਏਸ਼ਨ ਵਾਸਤੇ ਵੀ ਸੈਕਟਰੀ ਸਾਹਿਬ ਵੱਲੋਂ ਆਲਰੇਡੀ ਪਲੈਨਿੰਗਸ ਹੋ ਰਹੀਆਂ ਨੇ। ਸੋ ਟੈਕਨੋਲੋਜੀ ਦੇ ਖੇਤਰ 'ਚ ਕਿਵੇਂ ਬੱਚੇ ਹੋਰ ਪ੍ਰਪੇਅਰ ਹੋ ਕੇ ਆਉਣ ਤੁਹਾਡੇ ਸਕੂਲਾਂ ਤੱਕ, ਤਾਂ ਜੋ ਬੱਚੇ ਆਪਦੀ ਇੰਟਰਨਸ਼ਿਪ ਨੂੰ ਹੋਰ ਵਧੀਆ ਤਰੀਕੇ ਨਾਲ ਕਰ ਸਕਣ ਜੀ, ਇਹਦੇ ਬਾਰੇ ਸਰ ਤੁਹਾਡੇ ਵੱਲੋਂ ਕੁਛ ਸੁਝਾਅ ਜੀ। ਬਿਲਕੁਲ ਪ੍ਰਗਟ ਸਿੰਘ ਜੀ, ਟੈਕਨੋਲੋਜੀ ਦੀ ਅਸੀਂ ਬਹੁਤ ਜ਼ਿਆਦਾ ਵਰਤੋਂ ਕੀਤੀ ਆ, ਚਾਹੇ ਅਸੀਂ ਯੂਟਿਊਬ ਚੈਨਲ ਬਣਾਏ ਸਕੂਲਾਂ ਨੇ, +1 +2 ਵਾਲੇ ਸਾਇੰਸ ਗਰੁੱਪ ਵਾਲੇ ਬੱਚੇ ਉਹ ਯੂਟਿਊਬ ਚੈਨਲ ਤੋਂ ਪੜ੍ਹ ਰਹੇ ਸੀਗੇ, ਜ਼ਿਆਦਾਤਰ ਜਿਹੜੀਆਂ ਜ਼ੂਮ ਕਲਾਸਾਂ ਉਹਨਾਂ ਦੀ ਜਿਹੜੀ ਹੈਲਪ ਆ ਉਹ ਲਈ ਗਈ ਹੈ। ਬਾਕੀ ਜਿਵੇਂ ਹੁਣ ਅਸੀਂ ਪਲੱਸ ਟੂ ਵਾਲੇ ਬੱਚਿਆਂ ਨੂੰ ਆਲਰੇਡੀ ਜਿਹੜੇ ਸਮਾਰਟਫੋਨ ਆ ਉਹ ਦੇ ਚੁੱਕੇ ਸੀਗੇ, ਉਹਦੇ 'ਤੇ ਵੀ ਜਿਹੜੇ ਬੱਚਿਆਂ ਨੇ ਕਾਫੀ ਪੜ੍ਹਾਈ ਕੀਤੀ ਹੈ। ਪਰ ਇਹ ਬਿਲਕੁਲ ਠੀਕ ਹੈ ਵੀ ਜੋ ਇਸ ਸਮੇਂ ਦੇ ਵਿੱਚ ਕੋਵਿਡ ਦੇ ਸਮੇਂ ਦੇ ਵਿੱਚ ਸਾਡੇ ਸਰਕਾਰੀ ਸਕੂਲਾਂ ਨੇ ਬੱਚਿਆਂ ਨੂੰ ਸਹੂਲਤਾਂ ਦਿੱਤੀਆਂ, ਚਾਹੇ ਔਨਲਾਈਨ ਐਜੂਕੇਸ਼ਨ ਸੀ, ਈਵਨ ਘਰੇ ਜਾ ਕੇ ਡੋਰ ਟੂ ਡੋਰ ਬੱਚਿਆਂ ਨੂੰ ਜਿਹੜਾ ਮਿਡ ਡੇ ਮੀਲ ਭੇਜਣਾ, ਉਹਨਾਂ ਦੇ ਅਕਾਊਂਟ 'ਚ ਉਹਨਾਂ ਦੇ ਪੈਸੇ ਪਾਉਣੇ, ਉਹਨਾਂ ਦੇ ਬੱਚਿਆਂ ਦੀਆਂ ਬੁੱਕਸ ਵਗੈਰਾ ਜਿਹੜੀਆਂ ਉਹ ਕਰਨੀਆਂ। ਜਿਵੇਂ ਹੁਣ ਤੁਸੀਂ ਹੈਰਾਨ ਮੰਨੋਗੇ ਵੀ 1-4 ਤੋਂ ਨਵਾਂ ਸੈਸ਼ਨ ਸਟਾਰਟ ਹੋਣਾ, ਅਸੀਂ ਬਰਨਾਲੇ ਦੇ ਵਿੱਚ ਹਰੇਕ ਸਕੂਲ ਦੇ ਵਿੱਚ ਸਾਡੀ ਬੁੱਕ ਬੈਂਕ ਬਣ ਚੁੱਕੀ ਆ। ਸਾਡੀ 15 ਦਿਨ ਦੇ ਵਿੱਚ 15-4 ਤੱਕ ਅਸੀਂ ਕੋਸ਼ਿਸ਼ ਕਰਨੀ ਆ ਵੀ ਬੱਚਿਆਂ ਕੋਲ ਜਿਹੜੀਆਂ ਬੁੱਕਸ ਨੇਗੀਆਂ ਉਹ ਪਹੁੰਚਦੀਆਂ ਹੋ ਜਾਣ। ਅਤੇ ਇਵੇਂ ਜਿਹੜੇ ਬੱਚੇ ਅਸੀਂ ਜਿਵੇਂ 10ਵੀਂ ਦੇ ਬੱਚੇ ਆ ਸਾਡੇ ਮੈਰਿਟ ਵਾਲੇ ਬੱਚੇ ਨੇ, ਉਹਨਾਂ ਨੂੰ ਅਸੀਂ 3 ਕੈਟਾਗਰੀ ਦੇ ਵਿੱਚ ਵੰਡਿਆ। ਜਿਹੜੇ ਵੱਬ 95 ਬੱਚੇ ਨੇਗੇ, ਲਗਭਗ 74 ਬੱਚੇ ਨੇ ਬਰਨਾਲੇ ਦੇ ਵਿੱਚ, ਉਹਨਾਂ ਦੀ ਅਸੀਂ ਅਲੱਗ ਕਲਾਸ ਲੈ ਰਹੇ ਹਾਂ। ਜਿਹੜੇ ਮਿਡੋਕਰ ਬੱਚੇ ਆ ਉਹਨਾਂ ਦੀ ਅਲੱਗ ਜ਼ੂਮ ਕਲਾਸ ਲੈ ਰਹੇ ਹਾਂ। ਜਿਹੜੇ ਬਿਲੋ ਐਵਰੇਜ ਬੱਚੇ ਨੇਗੇ ਉਹਨਾਂ ਨੂੰ ਅਸੀਂ 2-2, 4-4 ਕਰਕੇ ਸਕੂਲ ਦੇ ਵਿੱਚ ਬੁਲਾ ਕੇ ਵੀ ਉਹਨਾਂ ਦਾ ਜਿਹੜਾ ਹੋਮਵਰਕ ਵਗੈਰਾ ਉਹ ਚੈੱਕ ਕਰ ਰਹੇ ਹਾਂ। ਇਵੇਂ ਜਿਹੜੇ ਨਵੇਂ ਬੱਚੇ ਸਾਡੇ ਕੋਲ 6ਵੀਂ 'ਚ ਆਉਣਗੇ ਉਹਨਾਂ ਨੂੰ ਵੀ ਅਸੀਂ ਕੋਸ਼ਿਸ਼ ਕਰਾਂਗੇ ਵੀ ਆਈ ਸਾਡੇ ਬੜੀ ਗਰੁੱਪ ਆ, ਜਿਵੇਂ ਤੁਸੀਂ, ਮੈਂ ਬੱਚਿਆਂ ਨੂੰ ਕਹੂੰਗਾ ਜਿਹੜੇ ਸਾਡੇ ਬੀਐਡ ਦੇ ਬੱਚੇ ਆ ਉਹ ਆਪਦੇ ਨਾਲ ਵੀ ਬੜੀ ਬਣਾ ਕੇ ਪਾਉਣ,
ਜਿਵੇਂ ਤੁਸੀਂ ਆਣ ਤੁਸੀਂ ਜਿੱਥੇ ਵੀ ਤੁਹਾਡਾ ਰੈਜੀਡੈਂਸ ਆ ਉਹ ਰੈਜੀਡੈਂਸ ਏਰੀਆ ਦੇ ਵਿੱਚ ਇੱਕ ਤੁਸੀਂ ਬੜੀ ਗਰੁੱਪ ਬਣਾਓ ਉੱਥੇ ਦੇਖੋ ਵੀ ਆਪਦੇ 20-25 ਘਰਾਂ 'ਚ ਕਿਹੜੇ ਕਿਹੜੇ ਬੱਚੇ ਗਵਰਨਮੈਂਟ ਸਕੂਲ 'ਚ ਪੜ੍ਹਦੇ ਨੇ ਉਹਨਾਂ ਦਾ ਇੱਕ ਬੜੀ ਗਰੁੱਪ ਬਣਾ ਕੇ ਉਹਨਾਂ ਨੂੰ ਕਿਤੇ ਲੋੜ ਆ ਉਹਨਾਂ ਕੋਲ ਫੋਨ ਨਹੀਂ ਗਾ ਉਹ ਤੁਸੀਂ ਉਹਨਾਂ ਦੀ ਜੋ ਹੋਮਵਰਕ ਵਗੈਰਾ ਉਹਦੇ 'ਚ ਹੈਲਪ ਕਰ ਸਕੋ ਇਹ ਬੜੀ ਗਰੁੱਪ ਦੇ ਵਿੱਚ ਵੀ ਸਾਡੀ ਤੁਸੀਂ ਇਹ ਬੱਚੇ ਸਾਡੀ ਹੈਲਪ ਕਰ ਸਕਦੇ ਨੇ ਹਾਂਜੀ ਥੈਂਕ ਯੂ ਸਰ ਤੁਸੀਂ ਬੜੇ ਬਾਖੂਬੀ ਦੱਸਿਆ ਕਿ ਹੁਣ ਅੱਜ ਦੇ ਸਮੇਂ 'ਚ ਸਿਰਫ ਇੱਕ ਟੌਪਿਕ ਪੜ੍ਹ ਕੇ ਅਤੇ ਜਮਾਤ 'ਚ ਪੜ੍ਹਾਉਣਾ ਹੀ ਟੀਚਿੰਗ ਨਹੀਂ ਰਹੀ ਸਾਨੂੰ ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਕਾਰਜ ਨੇ ਜਿਹੜੇ ਸਾਡੇ ਅਧਿਆਪਕ ਤੁਹਾਡੇ ਕੋਲ ਪਹੁੰਚਣਗੇ ਉਹਦੇ ਬਾਰੇ ਥੋੜ੍ਹੀ ਬਹੁਤੀ ਓਰੀਐਂਟੇਸ਼ਨ ਲੈ ਕੇ ਜਾਣ ਜਿਸ ਤਰ੍ਹਾਂ ਕਿਸ ਤਰ੍ਹਾਂ ਬੜੀ ਗਰੁੱਪਸ ਬਣਾਉਣੇ ਨੇ ਜੂਮ ਕਲਾਸਿਸ ਨੇ ਜਾਂ ਇਸੇ ਤਰੀਕੇ ਨਾਲ ਐਡਮਿਸ਼ਨ ਦੇ ਰਿਲੇਟਡ ਕੰਮ ਨੇ ਜਾਂ ਹੋਰ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਨੇ ਤਾਂ ਜੋ ਸਹੀ ਤਰੀਕੇ ਨਾਲ ਸਾਰੇ ਕਾਰਜਾਂ ਦਾ ਸੰਚਾਲਨ ਕਰ ਸਕਣ ਥੈਂਕ ਯੂ ਸਰ ਥੈਂਕ ਯੂ ਵੈਰੀ ਮੱਚ ਪ੍ਰੋਫੈਸਰ ਇਸ਼ਪਾਲ ਜੀ ਪਲੀਜ਼ ਜੀ ਸਰ ਕਿਸੇ ਬੱਚੇ ਦਾ ਕੋਈ ਸਰ ਮੈਂ ਕਿਹਾ ਸੀ ਕੋਈ ਚੈਟ ਦੇ ਵਿੱਚ ਤਾਂ ਕੋਈ ਨਹੀਂ ਕੁਐਸਚਨ ਆਇਆ ਤੇ ਕੋਈ ਗੱਲ ਨਹੀਂ ਮੈਂ ਤੁਹਾਡਾ ਨੰਬਰ ਜਿਹੜਾ ਉਹ ਗਰੁੱਪ 'ਚ ਪਾ ਦਿਆਂਗਾ ਫਿਰ ਉਹ ਆਪਣੇ ਆਪ ਤੁਹਾਡੇ ਤੋਂ ਪੁੱਛ ਲੈਣਗੇ ਅਗਰ ਕਿਸੇ ਨੂੰ ਹੋਇਆ ਤਾਂ ਜੀ ਸਰ ਤੁਹਾਡਾ ਬਹੁਤ ਧੰਨਵਾਦ ਇੱਕ ਦੋ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਮੈਂ ਉਹਨਾਂ ਦੀ ਖਾਸ ਕਰਕੇ ਜ਼ਿਕਰ ਕਰਨਾ ਚਾਹਾਂਗਾ ਜਿੱਦਾਂ ਤੁਸੀਂ ਸਭ ਤੋਂ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਬੀਐਡ ਦੇ ਵਿਦਿਆਰਥੀ ਹੋਣਗੇ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਕਲਾਸ ਦੇ ਲਾਸਟ ਬੈਂਚ ਤੇ ਕਿਹੜੇ ਬੱਚੇ ਬੈਠੇ ਨੇ ਉਹਨਾਂ ਨੂੰ ਜ਼ਰੂਰ ਆਪਣੀ ਕਲਾਸ ਦੇ ਨਾਲ ਲੈ ਕੇ ਚੱਲਣਗੇ ਸਭ ਤੋਂ ਇਹ ਇੰਪੋਰਟੈਂਟ ਚੀਜ਼ ਸੀ ਔਰ ਦੂਸਰਾ ਜਿਹੜੀ ਗੱਲ ਤੁਸੀਂ ਦੋ ਵਾਰ ਦੁਹਰਾਈ ਆ ਮੈਨੂੰ ਉਹਦੇ ਤੇ ਕੋਈ ਸ਼ੱਕ ਨਹੀਂ ਕਿ ਇੱਕ ਜਿਹੜਾ ਟੀਚਰ ਆ ਉਹ ਕਿਸੇ ਗੁਰਦੁਆਰੇ ਦੇ ਗ੍ਰੰਥੀ ਤੋਂ ਘੱਟ ਨਹੀਂ ਹੁੰਦਾ ਜਦੋਂ ਤੁਸੀਂ ਕਿੰਨੀਆਂ ਜ਼ਿੰਦਗੀਆਂ ਬਣਾ ਰਹੇ ਹੋ ਔਰ ਉਹ ਬਹੁਤ ਬਹੁਤ ਹੀ ਇੱਕ ਮਤਲਬ ਉੱਚਾ ਰੁਤਬਾ ਦੇਣ ਵਾਲੀ ਗੱਲ ਆ ਅਧਿਆਪਕ ਨੂੰ ਔਰ ਅੱਜ ਦਾ ਅਧਿਆਪਕ ਜਿਹੜਾ ਉਹ ਵਾਕਈ ਉਸ ਚੀਜ਼ ਲਈ ਡਿਜ਼ਰਵ ਵੀ ਕਰਦਾ ਜਿੱਦਾਂ ਤੁਸੀਂ ਦੱਸਿਆ ਕਿ ਪਹਿਲਾਂ ਤਾਂ ਸਿਰਫ ਕੰਟੈਂਟ ਦੀ ਨੌਲੇਜ ਦਿੱਤੀ ਜਾਂਦੀ ਸੀ ਸਬਜੈਕਟ ਦੀ ਨੌਲੇਜ ਦਿੱਤੀ ਜਾਂਦੀ ਸੀ ਬੱਚਿਆਂ ਨੂੰ ਲੇਕਿਨ ਅੱਜ ਨਾਲ ਨਾਲ ਕਿਧਰੇ ਉਹਨੇ ਜ਼ੂਮ ਦੇ ਉੱਪਰ ਵੀ ਕਲਾਸਿਸ ਲੈਣੀਆਂ ਹੋਰ ਬਹੁਤ ਸਾਰੀਆਂ ਡਿਊਟੀਜ਼ ਜਿਹੜੀਆਂ ਅੱਜ ਦਾ ਅਧਿਆਪਕ ਨਿਭਾ ਰਿਹਾ ਔਰ ਖਾਸ ਕਰਕੇ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰ ਨੇ ਜਿਨ੍ਹਾਂ ਨੇ ਗਰੀਬ ਬੱਚਿਆਂ ਨੂੰ ਸਿੱਖਿਆ ਦੇਣੀ ਆ ਔਰ ਦੂਸਰੀ ਗੱਲ ਤੁਸੀਂ ਜਿਹੜੀ ਇਹ ਦੱਸੀ ਕਿ 1991 ਤੋਂ ਲੈ ਕੇ 2021 ਤੱਕ ਜਿਹੜਾ 30 ਸਾਲ ਦਾ ਸਫ਼ਰ ਹੈ ਇਹਦੇ ਚ ਕਿਸ ਤਰ੍ਹਾਂ ਸਕੂਲਾਂ ਨੇ ਬਦਲਿਆ ਆਪਣੇ ਆਪ ਨੂੰ ਵੀ ਕਿ ਪਹਿਲਾਂ ਕੀ ਹੁੰਦਾ ਸੀਗਾ ਕਿਹਾ ਗਿਆ ਸੀਗਾ ਕਿ ਪਹਿਲਾਂ ਇਹ ਨਵੇਂ ਨਵੇਂ ਆਏ ਨੇ ਫਰ ਮਾਰਨਗੇ ਤੇ ਥੋੜੇ ਟਾਈਮ ਬਾਅਦ ਠੀਕ ਹੋ ਜਾਣਗੇ ਪਰ ਜੇ ਸੁਧਾਰ ਦੇ ਪੜ੍ਹਾਏ ਹੋਏ ਵਿਦਿਆਰਥੀ ਲਗਾਤਾਰ ਮਿਹਨਤ ਕਰਦੇ ਰਹੇ ਤਾਂ ਅੱਜ ਉਹ ਜਿਹੜੇ ਮੁਕਾਮ ਤੇ ਪਹੁੰਚੇ ਨੇ ਉਹ ਤੁਹਾਡੇ ਸਾਹਮਣੇ ਹੀ ਆ ਤੁਸੀਂ ਸਪੋਰਟਸ ਦੀ ਗੱਲ ਕੀਤੀ ਸੀ ਕਿ 12-13 ਦੇ ਵਿੱਚ ਕੀ ਇਤਿਹਾਸ ਸੀਗਾ ਕਿ ਕਿੰਨੇ ਕੁ ਮੈਡਲ ਸੀ ਔਰ ਤੁਹਾਡੀ ਰਹਿਨੁਮਾਈ ਦੇ ਵਿੱਚ ਕਿੱਦਾਂ ਜਿਹੜਾ ਹੈਗਾ ਪੰਜਾਬ 3rd ਪੋਜੀਸ਼ਨ ਤੇ ਪਹੁੰਚ ਗਿਆ ਸਿਰਫ 4 ਸਾਲਾਂ ਦੇ ਵਿੱਚ ਇੱਕ ਤੁਸੀਂ ਗੱਲ ਕੀਤੀ ਸੀ ਕਿ ਟੀਚਰ ਜਿੱਦਾਂ ਦਾ ਇੱਕ ਸਕੂਲ ਦੇ ਵਿੱਚ ਤੁਸੀਂ ਦੇਖਿਆ ਕਿ ਸਪੋਰਟਸ ਵਾਲੇ ਬੱਚੇ ਸੀ ਉਹ ਫੌਜੀ ਬਣਨਾ ਚਾਹੁੰਦੇ ਸੀ ਫੌਜ 'ਚ ਜਾਣਾ ਚਾਹੁੰਦੇ ਸੀ ਦੂਜੇ ਦੇ ਵਿੱਚ ਇੱਕ ਟੀਚਰ ਨੇ ਪੇਂਟਿੰਗ ਦੇ ਵਿੱਚ ਹੀ ਉਹਨਾਂ ਨੂੰ ਅੱਗੇ ਲੈ ਗਏ ਤੋਂ ਇੱਥੋਂ ਇਹ ਸਿੱਧ ਹੁੰਦਾ ਕਿ ਜੇ ਟੀਚਰ ਦਾ ਆਪਣਾ ਕੋਈ ਉਦੇਸ਼ ਹੋਏਗਾ ਉਹ ਆਪ ਕੁਛ ਕਰਨਾ ਚਾਹੁੰਦੇ ਨੇ ਤਾਂ ਓਬੀਅਸਲੀ ਆਪਣੇ ਬੱਚਿਆਂ ਨੂੰ ਮਗਰ ਲਾ ਕੇ ਉਹ ਉਹਨਾਂ ਦੇ ਮੁਕਾਮ ਤੱਕ ਪਹੁੰਚਾ ਸਕਦੇ ਨੇ ਔਰ ਜਿਹੜਾ 100% ਡਰਾਈਵ ਵਾਲਾ ਤੁਸੀਂ ਗੱਲ ਕੀਤੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਆਪਣੇ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਨੇ ਉਹ ਬਹੁਤ ਤਰੱਕੀ ਕਰ ਰਹੇ ਨੇ ਤੇ ਜੋ ਤੁਸੀਂ ਚਿੰਤਾ ਜ਼ਾਹਰ ਕੀਤੀ ਸੀਗੀ ਕਿ ਨਿਹੰਗ ਸ਼ਮਸ਼ੇਰ ਸਿੰਘ ਜੀ ਬਾਰੇ ਜਾਂ ਆਪਣੇ ਸਰਦਾਰ ਬਖਤਾਵਰ ਸਿੰਘ ਜੀ ਬਾਰੇ ਉਹ ਤੁਹਾਨੂੰ ਆਲਰੇਡੀ ਆਪਣੇ ਪ੍ਰਗਟ ਸਰ ਨੇ ਦੱਸਤਾ ਕਿ ਅਸੀਂ ਉਹਦੇ ਲਈ ਬਹੁਤ ਕੁਛ ਕਰ ਰਹੇ ਹਾਂ ਉਪਰਾਲੇ ਕਰ ਰਹੇ ਹਾਂ ਜੋ ਕੁਛ ਵੀ ਸਾਨੂੰ ਇਤਿਹਾਸ ਮਿਲ ਰਿਹਾ ਅਕਸਰ ਅਸੀਂ ਮੀਟਿੰਗ ਦੇ ਵਿੱਚ ਗੱਲ ਕਰਦੇ ਹੁੰਦੇ ਹਾਂ ਕਿ ਉਹ ਵੱਧ ਤੋਂ ਵੱਧ ਡਾਟਾ ਅਸੀਂ ਕਿੱਥੋਂ ਇਕੱਠਾ ਕਰੀਏ ਤਾਂ ਜੋ ਬੱਚਿਆਂ ਨੂੰ ਉਹ ਪ੍ਰੋਵਾਈਡ ਕਰ ਸਕੀਏ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਸਰ GHG ਖਾਲਸਾ ਕਾਲਜ ਆਫ ਐਜੂਕੇਸ਼ਨ ਦੀ ਸਮੂਹ ਟੀਮ ਵੱਲੋਂ ਪ੍ਰੈਜੀਡੈਂਟ ਸਰ ਵੱਲੋਂ ਪ੍ਰਿੰਸੀਪਲ ਪ੍ਰਗਟ ਸਿੰਘ ਜੀ ਗਰਚਾ ਵੱਲੋਂ ਸਟਾਫ ਵੱਲੋਂ ਪਿਆਰੇ ਵਿਦਿਆਰਥੀਆਂ ਵੱਲੋਂ ਤੇ ਅਲੂਮਨੀ ਐਸੋਸੀਏਸ਼ਨ ਵੱਲੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਤੇ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਹੀ ਜਿੱਦਾਂ ਕੱਲ ਮੈਂ ਤੁਹਾਨੂੰ ਫੋਨ ਕੀਤਾ ਤੇ ਕਈ ਵਾਰ ਹੁੰਦਾ ਕਿ ਵੀ ਚਲੋ ਤੁਸੀਂ ਆਪਾਂ ਘੰਟਾ ਲੇਟ ਕਰ ਲੈਂਦੇ ਹਾਂ ਜਾਂ ਇੱਦਾਂ ਪਰ ਤੁਸੀਂ ਮੈਨੂੰ ਬੜਾ ਅੱਛਾ ਲੱਗਿਆ ਸਰ ਵੀ ਤੁਸੀਂ ਕਿਹਾ ਤੁਸੀਂ ਜਿੰਨੇ ਵਜੇ ਪਲਾਨ ਕਰੋਗੇ ਮੈਂ 9 ਵਜੇ ਹਾਜ਼ਰ ਹੋ ਜਾਂਗਾ ਇਹ ਸਭ ਤੋਂ ਮਾਣ ਵਾਲੀ ਗੱਲ ਹੁੰਦੀ ਹੈ ਮਤਲਬ ਸਾਡੇ ਵਾਸਤੇ ਬੜੀ ਮਾਣ ਜੀ ਦਫ਼ਤਰ ਬੈਠਾ ਮਨ ਨਾਲੇ ਬਹੁਤ ਵਧੀਆ ਲੱਗਿਆ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਧੰਨਵਾਦ ਸਰ ਥੈਂਕ ਯੂ ਸਾਰੇ ਬੱਚਿਆਂ ਨੂੰ ਆਲ ਦਾ ਬੈਸਟ ਥੈਂਕ ਯੂ
थैंक यू सर, थैंक यू।